ਹੁਣ ਦਸਤਾਰ ਦੀ ਪੱਗ ਦੀ ਕੀ ਅਹਿਮੀਅਤ ਹੈ, ਦੂਜੇ ਧਰਮਾਂ ਦੇ ਵਿੱਚ ਕੀ ਅਹਿਮੀਅਤ ਹੈ, ਸਿੱਖ ਧਰਮ ਦੇ ਵਿੱਚ ਕੀ ਅਹਿਮੀਅਤ ਹੈ, ਸੰਸਾਰ ਦੇ ਅੰਦਰ ਕਿਹਨਾਂ ਦੀ ਭਾਸ਼ਾ ਵਰਤੀ ਜਾਂਦੀ ਹੈ। ਆਪਾਂ ਵੇਖਦੇ ਹਾਂ ਵੀ ਜਿਹੜੇ ਚਿੰਨ੍ਹ ਨੇ ਉਹ ਕੁਝ ਬੋਲਦੇ ਨਹੀਂ, ਬਿਨਾਂ ਬੋਲਣ ਤੋਂ ਬੰਦੇ ਨੂੰ ਬੜਾ ਕੁਝ ਦੱਸ ਜਾਂਦੇ ਨੇ। ਉਹ ਕਿਵੇਂ? ਬੰਦਾ ਸੜਕ ਤੇ ਚੱਲਦਾ ਜਾ ਰਿਹਾ, ਸਾਹਮਣੇ ਸਾਈਨ ਬੋਰਡ ਆ ਗਿਆ ਸਕੂਲ ਦਾ, ਤੇ ਬੰਦੇ ਨੂੰ ਸਾਈਨ ਬੋਰਡ ਤੋਂ ਪਤਾ ਲੱਗ ਜਾਂਦਾ ਵੀ ਅੱਗੇ ਸਕੂਲ ਹੈ। ਸਾਈਨ ਬੋਰਡ ਨੇ ਕੁਝ ਵੀ ਬੋਲਿਆ ਨਹੀਂ, ਬਸ ਉਹਨੇ ਇੱਕ ਇਸ਼ਾਰਾ ਦਿੱਤਾ ਆਪਣੇ ਵਿੱਚ। ਬੰਦਾ ਤੁਰਦਾ ਜਾ ਰਿਹਾ ਤੇ ਸਾਹਮਣੇ ਸਾਈਨ ਆ ਗਿਆ ਪੈਟਰੋਲ ਪੰਪ ਦਾ, ਸਾਈਨ ਬੋਰਡ ਲੱਗਾ ਤੇ ਬੰਦੇ ਨੂੰ ਪਤਾ ਲੱਗ ਗਿਆ ਵੀ ਅੱਗੇ ਪੈਟਰੋਲ ਪੰਪ ਹੈ। ਬੰਦਾ ਤੁਰਦਾ ਜਾ ਰਿਹਾ, ਸਾਹਮਣੇ ਸਾਈਨ ਬੋਰਡ ਆ ਗਿਆ ਹੋਸਪਿਟਲ ਦਾ, ਤੇ ਸਾਈਨ ਬੋਰਡ ਦੱਸ ਦਿੰਦਾ ਹੈ ਵੀ ਅੱਗੇ ਹਸਪਤਾਲ ਹੈ। ਸੰਸਾਰ ਦੇ ਵਿੱਚ ਚਿੰਨ੍ਹਾਂ ਦੀ ਭਾਸ਼ਾ ਵਰਤੀ ਜਾਂਦੀ, ਜਿਹੜੇ ਚਿੰਨ੍ਹ ਨੇ ਉਹ ਕੁਝ ਵੀ ਬੋਲਦੇ ਨੇ, ਪਰ ਬਿਨਾਂ ਬੋਲਣ ਤੋਂ ਬੰਦੇ ਨੂੰ ਬੜਾ ਕੁਝ ਦੱਸ ਜਾਂਦੇ ਨੇ। ਇਸੇ ਹੀ ਤਰ੍ਹਾਂ ਧਾਰਮਿਕ ਦੁਨੀਆਂ ਦੇ ਅੰਦਰ ਵੀ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਪਾਂ ਵੇਖੀਏ, ਜਿੰਨੇ ਤੇੜ ਧੋਤੀ ਲਾਈ, ਗਲ ਵਿੱਚ ਜੰਜੂ ਪਾਇਆ, ਜਿੰਦੀ ਬੋਧੀ ਹੈ, ਜਿੰਨੇ ਮੱਥੇ 'ਤੇ ਤਿਲਕ ਲਾਇਆ, ਤੇ ਸਾਨੂੰ ਪਤਾ ਲੱਗ ਜਾਏਗਾ ਵੀ ਆ ਬ੍ਰਾਹਮਣ ਹੈ, ਉਹਦੇ ਚਿੰਨ੍ਹ ਦੱਸਦੇ ਪਏ ਨੇ। ਜਿਹਨੇ ਸਿਰ ਦੇ ਉੱਤੇ ਟੋਪੀ ਪਾਈ ਹੈ, ਤੋਪ ਪਾਇਆ ਲੰਮਾ ਜਿਹਾ ਚੋਲਾ, ਕੇਵਲ ਤਾਂ ਕੇਵਲ ਦਾੜੀ ਹੈ, ਮੁੱਛਾਂ ਨਹੀਂ, ਸਾਨੂੰ ਪਤਾ ਲੱਗ ਜਾਏਗਾ ਵੀ ਆ ਮੁਸਲਮਾਨ ਭਰਾ ਹੈ। ਜਿਹਨੇ ਗਲ ਵਿੱਚ ਗੁਰੂ ਫਿਰੋਜ਼ ਦਾ ਸਾਈਨ ਪਾਇਆ, ਉਹ ਸਾਈ ਤੋਂ, ਉਸ ਚਿੰਨ੍ਹ ਤੋਂ ਪਤਾ ਲੱਗ ਜਾਂਦਾ ਵੀ ਆਹ ਬੰਦਾ ਈਸਾਈ ਹੈ। ਚਿੰਨ੍ਹ ਕੁਝ ਵੀ ਦੱਸਦੇ ਨਹੀਂ, ਬਿਨਾਂ ਬੋਲਣ ਤੋਂ ਬੜਾ ਕੁਝ ਦੱਸ ਜਾਂਦੇ ਨੇ। ਇਸੇ ਹੀ ਤਰ੍ਹਾਂ ਜਿਹਨੇ ਪੰਜ ਕਕਾਰੀ ਵਰਦੀ ਧਾਰਨ ਕੀਤੀ, ਜਿਹਦੇ ਸਿਰ ਉੱਤੇ ਦਸਤਾਰ ਹੈ, ਦਸਤਾਰ ਤੋਂ, ਪੰਜ ਕਕਾਰੀ ਵਰਦੀ ਤੋਂ ਪਤਾ ਲੱਗ ਜਾਂਦਾ ਵੀ ਆਹ ਬੰਦਾ ਸਿੱਖ ਹੈ। ਇੱਕ ਤੇ ਚਿੰਨ੍ਹਾਂ ਦੀ ਭਾਸ਼ਾ ਵਰਤੀ ਜਾਂਦੀ, ਇੱਕ ਪਹਿਰਾਵੇ ਦੀ। ਫੌਜੀ ਦੀ ਵਰਦੀ ਤੋਂ ਸਾਨੂੰ ਪਤਾ ਲੱਗ ਗਿਆ ਵੀ ਆਹ ਫੌਜੀ ਹੈ, ਜਿਹਨੇ ਪੁਲਿਸ ਵਾਲੀ ਵਰਦੀ ਪਾਈ, ਪਤਾ ਲੱਗ ਗਿਆ ਵੀ ਆਹ ਬੰਦਾ ਪੁਲਿਸ ਵਾਲਾ ਹੈ। ਇੱਕ ਤੇ ਚਿੰਨ੍ਹਾਂ ਦੀ ਭਾਸ਼ਾ ਵਰਤੀ ਜਾਂਦੀ, ਇੱਕ ਪਹਿਰਾਵਾ, ਪਹਿਰਾਵਾ ਵੀ ਬੜਾ ਕੁਝ ਦੱਸ ਜਾਂਦਾ ਹੈ। ਦਸਤਾਰ ਸਾਡਾ ਧਾਰਮਿਕ ਪਹਿਰਾਵਾ ਵੀ ਹੈ ਤੇ ਸਾਡਾ ਧਾਰਮਿਕ ਚਿੰਨ੍ਹ ਵੀ ਹੈ। ਔਰ ਗੁਰੂ ਦਾ ਬਖਸ਼ਿਆ ਹੋਇਆ ਤਾਜ, ਸਭ ਤੋਂ ਪਹਿਲੇ ਨੰਬਰ ਤੇ ਆਪਾਂ ਅਰਥ ਕਰੀਏ ਵੀ ਦਸਤਾਰ ਦੇ ਅਰਥ ਕੀ ਨੇ, ਦਸਤਾਰ ਦਾ ਮੀਨਿੰਗ ਕੀ ਹੈ। ਇੱਕ ਸ਼ਬਦ ਹੈ ਦਸਤ, ਦਸਤ ਦਾ ਮਤਲਬ ਹੁੰਦਾ ਹੱਥ, ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਦਸਤਾ, ਕਈ ਦਾ ਦਸਤਾ, ਹੱਥ ਵਿੱਚ ਫੜਿਆ ਜਾਣ ਵਾਲਾ, ਦਸਤਾਨੇ, ਹੱਥਾਂ 'ਤੇ ਪਾਏ ਜਾਣ ਵਾਲੇ, ਦਸਤਕਾਰੀ, ਹੱਥਾਂ ਦੇ ਨਾਲ ਕੀਤੀ ਜਾਣ ਵਾਲੀ ਕਾਰ, ਉਹਨੂੰ ਆਖਿਆ ਜਾਂਦਾ ਦਸਤਕਾਰੀ। ਇਸੇ ਹੀ ਤਰ੍ਹਾਂ ਦਸਤਾਰ, ਦਸਤਾਰ ਦਾ ਮਤਲਬ ਹੈ ਹੱਥਾਂ ਦੇ ਨਾਲ ਸਿਰ 'ਤੇ ਬੰਨਿਆ ਜਾਣ ਵਾਲਾ ਕੱਪੜਾ, ਇਹਨੂੰ ਆਖਿਆ ਜਾਂਦਾ ਦਸਤਾਰ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ, ਉਹਨਾਂ ਦੇ ਬਚਨ ਪੜ੍ਹਦੇ ਹਾਂ, ਕੰਘਾ ਦੋਨੋਂ ਵਕਤ ਕਰ ਪਾਗ, ਚੁਣੈ ਕਰ ਬੰਧਈ, ਦਾਤਰ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ। ਦਸਤਾਰ ਦਾ ਮਤਲਬ ਹੋਇਆ ਜਦੋਂ ਅਸੀਂ ਆਪਣੇ ਹੱਥਾਂ ਦੇ ਨਾਲ ਸਿਰ ਦੇ ਉੱਤੇ ਕੱਪੜੇ ਨੂੰ ਬੰਨਾਂਗੇ, ਉਹ ਦਸਤਾਰ ਦਾ ਰੂਪ ਧਾਰਨ ਕਰ ਲਏਗਾ। ਹੁਣ ਜਿੱਦਾਂ ਆਪਾਂ ਹੁਣ ਦਸਤਾਰ ਬੰਨੀ ਹੋਈ ਹੈ ਨੋਤ ਵਾਲੀ, ਅੱਜ ਤੋਂ ਪਿੱਛੇ ਚਲੇ ਜਾਈਏ 300 ਸਾਲ ਪਹਿਲਾਂ, 400 ਸਾਲ ਪਹਿਲਾਂ, ਉਦੋਂ ਸ਼ੇਪ ਵੱਖਰੀ ਸੀ, ਹੌਲੀ ਹੌਲੀ ਤਬਦੀਲੀ ਆਉਂਦੀ ਗਈ। ਅੱਜ ਵੀ ਕਈ ਗੋਲ ਦਸਤਾਰ ਬੰਨਦੇ ਨੇ, ਕੋਈ ਧਮਾਲਾ ਬੰਨਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਗੜੀ ਸ਼ਬਦ ਵੀ ਆਇਆ, ਪੱਗ ਸ਼ਬਦ ਵੀ ਆਇਆ, ਦਸਤਾਰ ਸ਼ਬਦ ਵੀ ਆਇਆ ਤੇ ਦੁਮਾਲੜਾ ਸ਼ਬਦ ਵੀ ਆਇਆ। ਜਦੋਂ ਆਪਾਂ ਬਚਨ ਪੜ੍ਹਾਂਗੇ, ਨਾ ਪਾਕ ਪਾਕ ਕਰ ਹਰੂਰ ਹਦੀਸਾ, ਸਾਬਤ ਸੂਰਤ ਦਸਤਾਰ ਸ਼ਰਾ, ਇੱਥੇ ਦਸਤਾਰ ਸ਼ਬਦ ਆ ਗਿਆ। ਜਦੋਂ ਆਪਾਂ ਅੱਗੇ ਜਾ ਕਰਕੇ ਬਚਨ ਪੜ੍ਹਾਂਗੇ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਇੱਥੇ ਪਗੜੀ ਸ਼ਬਦ ਵੀ ਆ ਗਿਆ। ਤੇ ਜਦੋਂ ਆਪਾਂ ਪੜ੍ਹਾਂਗੇ, ਮੈਂ ਗੁਰਮਿਲ ਉੱਚ ਧੁਮਾਲੜਾ, ਇੱਥੇ ਧੁਮਾਲਾ ਸ਼ਬਦ ਵੀ ਆ ਗਿਆ, ਧੁਮਾਲੜਾ ਕਿਹਾ ਸਾਹਿਬ ਨੇ। ਤੇ ਜਦੋਂ ਅੱਗੇ ਜਾ ਕਰਕੇ ਪੜ੍ਹਾਂਗੇ, ਫਰੀਦਾ ਮੈਂ ਭੁਲਾਵਾ, ਪੱਗ ਦਾ, ਪੱਗ ਸ਼ਬਦ ਵੀ ਆ ਗਿਆ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਚਾਰ ਸ਼ਬਦ ਆਏ ਨੇ, ਇੱਕ ਆਇਆ ਪਗੜੀ, ਇੱਕ ਆਇਆ ਪੱਗ, ਇੱਕ ਆਇਆ ਧੁਮਾਲੜਾ, ਤੇ ਇੱਕ ਆਇਆ ਹੈ ਦਸਤਾਰ। ਦਸਤਾਰ ਦੇ ਅਰਥਾਤ ਇਹਨਾਂ ਸਾਂਝੇ ਕਰ ਦਿੱਤੇ ਨੇ, ਸਿਰ ਦੇ ਉੱਤੇ ਹੱਥਾਂ ਦੇ ਨਾਲ ਬੰਨਿਆ ਜਾਣ ਵਾਲਾ ਕੱਪੜਾ, ਉਹਨੂੰ ਦਸਤਾਰ ਆਖਿਆ ਜਾਂਦਾ। ਪਰ ਜੇਕਰ ਕੋਈ ਬੰਦਾ ਹੱਥਾਂ ਦੇ ਨਾਲ ਨਾ ਬੰਨੇ, ਸਿਰ ਦੇ ਉੱਤੇ ਰੱਖ ਲਏ, ਖਿਮਾ ਕਰਿਆ ਜੇ, ਉਹ ਦਸਤਾਰ ਨਹੀਂ ਹੋਏਗੀ, ਉਹ ਟੋਪੀ ਹੋ ਜਾਏਗੀ।
ਟੋਪੀ ਦਾ ਮਤਲਬ ਰੈਡੀਮੇਡ ਚੀਜ਼ ਹੈ ਤੇ ਦਸਤਾਰ ਦਾ ਮਤਲਬ ਵੀ ਅਸੀਂ ਨਿਤ ਰੋਜ਼ ਆਪਣੇ ਹੱਥਾਂ ਦੇ ਨਾਲ ਸਿਰ ਉੱਤੇ ਬੰਨਣੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਰੱਬ ਨੂੰ ਵੀ ਆਖ ਦਿੱਤਾ, ਰੱਬਾ ਮੈਂ ਜਦੋਂ ਤੈਨੂੰ ਸਰਗੁਣ ਰੂਪ ਦੇ ਵਿੱਚ ਵੇਖਦਾ ਵਾਂ ਤੇ ਮੈਨੂੰ ਜਾਪਦਾ ਵੀ ਤੇਰੀ ਪੱਗ ਬੜੀ ਸੋਹਣੀ ਹੈ, ਖੂਬ ਤੇਰੀ ਪਗੜੀ। ਰੱਬ ਨੂੰ ਆਖਿਆ ਜਾ ਰਿਹਾ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ। ਰੱਬ ਨੂੰ ਵੀ ਆਖ ਦਿੱਤਾ ਵੀ ਰੱਬਾ ਤੇਰੀ ਪੱਗ ਬੜੀ ਸੋਹਣੀ ਸਰਗੁਣ ਰੂਪ ਦੇ ਵਿੱਚ। ਨਿਰਗੁਣ ਰੂਪ ਦੇ ਵਿੱਚ ਰੱਬ ਦਾ ਕੋਈ ਰੂਪ ਨਹੀਂ, ਰੰਗ ਨਹੀਂ, ਰੱਬ ਅਜੂਨੀ ਹੈ। ਪਰ ਸਰਗੁਣ ਰੂਪ ਦੇ ਵਿੱਚ ਜਿੰਨੇ ਵੀ ਰੂਪ ਨੇ ਉਹ ਸਾਰੇ ਰੱਬ ਜੀ ਦੇ ਨੇ। ਸਹਿਬ ਆਖਦੇ ਨੇ, ਭਗਤ ਨਾਮਦੇਵ ਕਹਿੰਦੇ, ਰੱਬਾ ਤੇਰੀ ਪੱਗ ਬੜੀ ਸੋਹਣੀ ਹੈ। ਪੁਰਾਤਨ ਸਮਿਆਂ ਦੇ ਵਿੱਚ ਸਾਰੇ ਹੀ ਕੀ ਕਰਦੇ ਸਨ, ਸਿਰ ਦੇ ਉੱਤੇ ਤਕਰੀਬਨ ਦਸਤਾਰ ਬੰਨ੍ਹਦੇ ਸਨ। ਹਿੰਦੂ ਧਰਮ ਦੇ ਵਿੱਚ ਵੀ ਦਸਤਾਰ ਪੱਗ ਬੰਨ੍ਹੀ ਜਾਂਦੀ ਸੀ। ਇਸਲਾਮ ਮਤ ਦੀ ਗੱਲ ਕਰੀਏ, ਇਸਲਾਮ ਧਰਮ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਅੱਜ ਵੀ ਇਮਾਮ ਨੇ ਉਹ ਸਿਰ ਦੇ ਉੱਤੇ ਪੱਗ ਬੰਨ੍ਹਦੇ ਨੇ, ਉਹ ਵੀ ਪੱਗ ਬੰਨ੍ਹਦੇ ਨੇ, ਉਹ ਵੀ ਦਸਤਾਰ ਬੰਨ੍ਹਦੇ ਨੇ। ਸਿੱਖ ਧਰਮ ਦੇ ਵਿੱਚ ਵੀ ਪੱਗ ਬੰਨ੍ਹੀ ਜਾਂਦੀ ਸੀ, ਅੱਜ ਵੀ ਬੰਨ੍ਹੀ ਜਾ ਰਹੀ ਹੈ। ਸਿੱਖ ਧਰਮ ਦਾ ਧਾਰਮਿਕ ਚਿੰਨ੍ਹ ਵੀ ਹੈ ਤੇ ਧਾਰਮਿਕ ਪਹਿਰਾਵਾ ਵੀ ਹੈ। ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਸਿਰ ਦੇ ਉੱਤੇ ਦਸਤਾਰ ਸਜਾਉਂਦੇ ਸਨ, ਉਹ ਤਾਜ ਹੁੰਦਾ ਸੀ, ਦਸਤਾਰ ਹੀ ਉਹਨਾਂ ਦਾ ਤਾਜ ਹੁੰਦਾ ਸੀ। ਜਿਹੜੇ ਵੱਡੇ ਵੱਡੇ ਵਜ਼ੀਰ, ਅਹਿਲਕਾਰ, ਚੌਧਰੀ, ਨਵਾਬ, ਉੱਚ ਜਾਤੀਆਂ ਵਾਲੇ, ਉਹ ਸਾਰੇ ਸਿਰ ਦੇ ਉੱਤੇ ਪੱਗਾਂ ਬੰਨ੍ਹਦੇ ਸਨ। ਆਹ ਇੱਕ ਵੱਖਰੀ ਪਹਿਚਾਣ ਸੀ। ਔਰ ਇੱਥੋਂ ਤੱਕ ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਵੀ ਜਿਹੜਾ ਨੀਵਾਂ, ਜਿਹਨੂੰ ਸ਼ੂਦਰ ਆਖਿਆ ਜਾਂਦਾ ਸੀ, ਜਿਹਨੂੰ ਨੀਵੀਂ ਜਾਤ ਵਾਲਾ ਆਖਿਆ ਜਾਂਦਾ ਸੀ, ਉਹਨੂੰ ਹੱਕ ਨਹੀਂ ਦਿੱਤਾ ਸੀ ਵੀ ਸਿਰ ਦੇ ਉੱਤੇ ਪੱਗ ਬੰਨ੍ਹ ਸਕੇ। ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ ਸਾਡੇ ਉੱਤੇ। ਔਰੰਗਜ਼ੇਬ ਦਿੱਲੀ ਦੇ ਤਖ਼ਤ ਤੋਂ ਐਲਾਨ ਕਰਦਾ, ਮੇਰੇ ਰਾਜ ਦੇ ਵਿੱਚ ਕੋਈ ਨਗਾਰਾ ਨਹੀਂ ਵਜਾ ਸਕਦਾ, ਤੇ ਸਤਿਗੁਰੂ ਅਨੰਦਪੁਰ ਸਾਹਿਬ ਤੋਂ ਐਲਾਨ ਕਰਦੇ ਨੇ ਵੀ ਅੱਜ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਰਣਜੀਤ ਨਗਾਰਾ ਵਜਾਇਆ ਜਾਏਗਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਐਲਾਨ ਕੀਤਾ, ਔਰੰਗਜ਼ੇਬ ਦਿੱਲੀ ਤੋਂ ਐਲਾਨ ਕਰਦਾ, ਮੇਰੇ ਰਾਜ ਵਿੱਚ ਕੋਈ ਵੀ ਨੀਵੀਂ ਜਾਤ ਵਾਲਾ ਬੰਦਾ ਘੋੜ ਸਵਾਰੀ ਨਹੀਂ ਕਰ ਸਕਦਾ। ਤੇ ਹਜ਼ੂਰ ਅਨੰਦਪੁਰ ਤੋਂ ਐਲਾਨ ਕਰਦੇ, ਮੇਰਾ ਸਿੱਖ ਘੋੜੇ ਦਾ ਸ਼ਾਹ ਸਵਾਰ ਹੋਵੇ। ਔਰੰਗਜ਼ੇਬ ਐਲਾਨ ਕਰਦਾ ਵੀ ਕੋਈ ਵੀ ਆਮ ਬੰਦਾ, ਨੀਵੀਂ ਜਾਤ ਵਾਲਾ ਬੰਦਾ ਆਪਣੇ ਨਾਲ ਹਥਿਆਰ ਨਹੀਂ ਰੱਖ ਸਕਦਾ। ਤੇ ਸਹਿਬ ਐਲਾਨ ਕਰਦੇ ਨੇ, ਮੇਰਾ ਸਿੱਖ ਸ਼ਸਤਰਧਾਰੀ ਹੋਵੇ। ਬਚਨ ਪੜ੍ਹਦੇ ਹਾਂ, ਜਬ ਹਮਰੈ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ। ਔਰੰਗਜ਼ੇਬ ਐਲਾਨ ਕਰਦਾ ਹੈ ਵੀ ਚੌਧਰੀ, ਨਵਾਬ, ਵੱਡੇ ਵੱਡੇ ਅਹਿਲਕਾਰ, ਵਜ਼ੀਰ ਸਿਰ ਦੇ ਉੱਤੇ ਦਸਤਾਰ ਬੰਨ੍ਹ ਸਕਦੇ, ਪੱਗਾਂ ਬੰਨ੍ਹ ਸਕਦੇ, ਨੀਵੀਂ ਜਾਤ ਵਾਲਾ ਬੰਦਾ ਸ਼ੂਦਰ ਨਹੀਂ ਬਣ ਸਕਦਾ। ਹਜ਼ੂਰ ਨੇ ਕਿਰਪਾ ਕੀਤੀ, ਮੇਰਾ ਸਿੱਖ ਸਿਰ ਉੱਤੇ ਦਸਤਾਰ ਸਜਾਵੇ। ਹੁਣ ਦੇਖੋ, ਸਿੱਖ ਧਰਮ ਦਾ ਇੱਕ ਪੱਕਾ ਅੰਗ ਬਣ ਗਿਆ ਦਸਤਾਰ ਸ਼ੁਰੂ ਤੋਂ ਹੀ। ਹੁਣ ਪੁਰਾਣੇ ਸਮੇਂ ਦੇ ਅੰਦਰ ਸਿਰ ਦੇ ਉੱਤੋਂ ਪੱਗ ਲੈ ਜਾਏ, ਇਹਨੂੰ ਮੌਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਸੀ। ਭਾਈ ਗੁਰਦਾਸ ਹੋਰਾਂ ਨੇ ਆਪਣੀ ਇੱਕ ਵਾਰ ਦੇ ਵਿੱਚ ਬੜਾ ਸੋਹਣਾ ਜ਼ਿਕਰ ਕੀਤਾ। ਭਾਈ ਗੁਰਦਾਸ ਦੱਸਦੇ ਨੇ, ਸਿਰ ਦੇ ਉੱਤੋਂ ਪੱਗ ਲੈ ਜਾਏ ਤੇ ਸਮਝਿਆ ਜਾਂਦਾ ਸੀ ਵੀ ਕਿਸੇ ਘਰ ਮੌਤ ਹੋ ਗਈ। ਭਾਈ ਗੁਰਦਾਸ ਕਹਿੰਦੇ, ਇੱਕ ਬਜ਼ੁਰਗ ਖੂਹ ਤੇ ਨਹਾਉਣ ਵਾਸਤੇ ਗਿਆ, ਉਹ ਜਦੋਂ ਖੂਹ ਤੇ ਨਹਾਉਣ ਵਾਸਤੇ ਗਿਆ ਤੇ ਉੱਥੇ ਆਪਣੀ ਪੱਗ ਭੁੱਲ ਆਇਆ। ਜਦੋਂ ਘਰ ਪਹੁੰਚਿਆ, ਦਰਵਾਜ਼ੇ ਤੇ ਵੇਖਿਆ, ਨੂੰਹ ਨੇ ਮੇਰਾ ਸਹੁਰਾ ਆ ਰਿਹਾ ਪਰ ਉਹਦੇ ਸਿਰ ਤੇ ਪੱਗ ਨਹੀਂ, ਤੇ ਉਹਨੇ ਸਮਝਿਆ ਵੀ ਕਿਸੇ ਦੀ ਮੌਤ ਹੋ ਗਈ। ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਜਦੋਂ ਉਹਨੇ ਰੋਣਾ ਸ਼ੁਰੂ ਕੀਤਾ, ਵਰਲਾਪ ਕਰਨਾ ਸ਼ੁਰੂ ਕੀਤਾ, ਆਂਢ ਗੁਆਂਢ ਇਕੱਠਾ ਹੋ ਗਿਆ, ਸ਼ਰੀਕਾ ਇਕੱਠਾ ਹੋ ਗਿਆ, ਗੁਆਂਢੀ ਇਕੱਠੇ ਹੋ ਗਏ, ਆ ਕਰਕੇ ਉਹ ਵੀ ਰੋਣ ਲੱਗ ਪਏ ਵੀ ਇਹਨਾਂ ਦੇ ਘਰ ਕੋਈ ਮਰ ਗਿਆ। ਭਾਈ ਗੁਰਦਾਸ ਕਹਿੰਦੇ ਵੀ ਜਦੋਂ ਆਸੇ ਪਾਸੇ ਮੁਹੱਲੇ ਵਿੱਚ ਰੌਲਾ ਪੈ ਗਿਆ ਵੀ ਕਿਸੇ ਦੀ ਮੌਤ ਹੋ ਗਈ ਹੈ, ਤੇ ਸਹੁਰਾ ਵੀ ਆ ਕਰਕੇ ਬਹਿ ਗਿਆ ਥੱਲੇ, ਤੇ ਉਹ ਵੀ ਰੋਣ ਲੱਗ ਪਿਆ। ਹੁਣ ਅੱਗੇ ਕੀ ਹੋਇਆ, ਪੁਰਾਣੇ ਸਮਿਆਂ ਦੇ ਵਿੱਚ ਨੈਣ ਆਉਂਦੀ ਹੁੰਦੀ ਸੀ। ਆ ਬਜ਼ੁਰਗ ਬੈਠੇ ਹੋ, ਤੁਹਾਨੂੰ ਜ਼ਿਆਦਾ ਪਤਾ ਵੀ ਨੈਣ ਆਉਂਦੀ ਸੀ, ਉਹ ਆ ਕਰਕੇ ਵਹਿਣ ਪਾਉਂਦੀ ਸੀ, ਸਿਆਪਾ ਕਰਦੀ ਸੀ। ਉਹ ਜਦੋਂ ਨੈਣ ਆਈ ਤੇ ਨੈਣੇ ਪੁੱਛਣਾ ਕੀਤਾ ਵੀ ਕਿਹਦੇ ਨਾਂ ਦਾ ਸਿਆਪਾ ਕੀਤਾ ਜਾਏ, ਕਿਹਦੇ ਨਾਂ ਤੇ ਵਹਿਣ ਪਾਏ ਜਾਣ, ਕੌਣ ਮਰਿਆ ਹੈ, ਜਨਾਨੀ ਮਰੀ ਕਿ ਬੰਦਾ ਮਰਿਆ। ਜਦੋਂ ਨੂੰਹ ਨੂੰ ਪੁੱਛਣਾ ਕੀਤਾ ਤੇ ਨੂੰਹ ਕਹਿਣ ਲੱਗੀ ਵੀ ਸਹੁਰੇ ਨੂੰ ਪੁੱਛੋ, ਉਹਨੂੰ ਪਤਾ ਵੀ ਕੌਣ ਮਰਿਆ। ਜਦੋਂ ਸਹੁਰੇ ਨੂੰ ਪੁੱਛਣ ਲੱਗੇ ਤੇ ਸਹੁਰਾ ਕਹਿੰਦਾ, ਮੈਨੂੰ ਤੇ ਪਤਾ ਨਹੀਂ, ਨੂੰਹ ਨੂੰ ਪੁੱਛੋ ਵੀ ਮੈਂ ਵੇਖਿਆ ਵੀ ਨੂੰਹ ਰੋਣ ਲੱਗ ਪਈ, ਕਿਸੇ ਦੀ ਮੌਤ ਹੋ ਗਈ। ਤੇ ਜਦੋਂ ਨੂੰਹ ਨੂੰ ਪੁੱਛਿਆ ਗਿਆ ਵੀ ਕੌਣ ਮਰਿਆ, ਸਹੁਰਾ ਤੇ ਕਹਿੰਦਾ, ਮੈਨੂੰ ਪਤਾ ਨਹੀਂ। ਤੇ ਨੂੰਹ ਕਹਿਣ ਲੱਗੀ ਵੀ ਸਹੁਰਾ ਆਇਆ ਘਰ ਦੇ ਵਿੱਚ, ਮੇਰਾ ਉਹਦੇ ਸਿਰ ਤੇ ਪੱਗ ਨਹੀਂ ਸੀ ਤੇ ਮੈਂ ਸਮਝਿਆ ਵੀ ਕਿਸੇ ਦੀ ਮੌਤ ਹੋ ਗਈ ਹੈ।
ਭਾਈ ਗੁਰੂ ਦਾਸ ਕਹਿੰਦੇ ਵੀ ਏਦਾਂ ਗੱਲਬਾਤ ਹੋਈ ਤੇ ਸੋਹਰਾ ਕਹਿੰਦਾ ਮੈਂ ਤੇ ਨਹਾਉਣ ਗਿਆ ਸਾਂ, ਪੱਗ ਖੂਹ ਤੇ ਭੁੱਲ ਆਇਆ। ਉਹ ਫਿਰ ਆਪਦੀ ਪੱਗ ਲੈਣ ਚਲਾ ਗਿਆ। ਕਹਿ ਤੂੰ ਭਾਵ ਭਾਈ ਗੁਰੂ ਦਾਸ ਨੇ ਜਿਹੜਾ ਤਤ ਸਾਰ ਕੱਢਿਆ, ਕਾਮਾ ਰੋਲਾ ਮੂਰਖ ਸੰਗੈ, ਅਰੰਭਤਾ ਵਿੱਚ ਕਹਿੰਦੇ ਨੇ ਠੰਡੇ ਖੂਹ ਨਹਾਏ ਕੈ, ਪੱਗ ਵਿਸਾਰ ਆਇਆ ਸਿਰ ਨੰਗੈ, ਘਰ ਵਿੱਚ ਰੰਨਾ ਕਮਲੀਆਂ ਤੁਸੀਂ ਦੇਖੀ, ਲੇਤ ਕੁਟੰਗੈ ਲੋਕ ਸਿਆਪੈ ਆਇਆ। ਭਾਈ ਸਾਹਿਬ ਭਾਈ ਗੁਰੂ ਦਾਸ ਕਹਿੰਦੇ ਨੇ ਵੀ ਲੋਕ ਸਿਆਪੈ ਆਇਆ, ਰੰਨਾ ਪੁਰਸ਼ ਜੁੜੈ ਲੈ ਪੰਗੈ, ਨਾਇਨ ਪੁੱਛਦੀ ਪਿੱਟਦੀਆਂ, ਕਿਸਦੈ ਨਾਏ ਅਲਾਣੀ ਅੰਗੈ, ਪੁੱਛੋ ਸੋਹਰੇ ਜਾਈ ਕੈ, ਕੌਣ ਮੁਆ ਨੂੰ ਉੱਤਰ ਮੰਗੈ। ਅੱਗੇ ਕਹਿੰਦੇ ਕਾਵਾਂ ਰੋਲਾ ਮੂਰਖ ਸੰਗੈ। ਭਾਈ ਸਾਹਿਬ ਭਾਈ ਗੁਰੂ ਦਾਸ ਕਹਿੰਦੇ ਨੇ ਉਹਨਾਂ ਨੇ ਤੰਦ ਸਾਰ ਕੱਢਿਆ ਵੀ ਮੂਰਖਾਂ ਦੀ ਸੰਗਤ ਵਿੱਚ ਕੇਵਲ ਤਾਂ ਕੇਵਲ ਕਾਵਾਂ ਰੋਲੀ ਹੁੰਦੀ ਹੈ। ਵੀ ਜਿਸ ਤਰ੍ਹਾਂ ਇੱਕ ਕਾਂ ਬੋਲਣਾ ਸ਼ੁਰੂ ਕਰਦੇ ਉਹ ਆਸੇ ਪਾਸੇ ਆਪਣੇ ਕਾਵਾਂ ਨੂੰ ਇਕੱਠਾ ਕਰ ਲੈਂਦਾ, ਉਹਨਾਂ ਨੇ ਤੰਦ ਸਾਰ ਤੇ ਆਹ ਕੱਢਿਆ। ਪਰ ਇਸ ਵਾਰ ਦੇ ਵਿੱਚ ਦੱਸ ਦਿੱਤਾ ਵੀ ਸਿਰ ਦੇ ਉੱਤੇ ਪੁਰਾਣੇ ਸਮੇਂ ਦੇ ਵਿੱਚ ਜੇਕਰ ਪੱਗ ਨਹੀਂ ਹੁੰਦੀ ਸੀ, ਇਹਨੂੰ ਇੱਕ ਪ੍ਰਤੀਕ ਸਮਝਿਆ ਜਾਂਦਾ ਸੀ ਮੌਤ ਦਾ। ਜਿਸ ਤਰ੍ਹਾਂ ਨੂੰਹ ਨੇ ਵੇਖਿਆ ਵੀ ਸੋਹਰੇ ਦੇ ਸਿਰ ਤੇ ਪੱਗ ਨਹੀਂ, ਕੋਈ ਮਰ ਗਿਆ, ਉਹਨੇ ਆਹ ਸਮਝਿਆ। ਕਹਿਣ ਤੋਂ ਭਾਵ ਪੁਰਾਤਨ ਸਮੇਂ ਦੇ ਵਿੱਚ ਇਹ ਵੀ ਇੱਕ ਪ੍ਰਤੀਕ ਸੀ। ਹੁਣ ਅੱਗੇ ਗੱਲ ਕਰੀਏ ਸਿੱਖ ਧਰਮ ਦੀ। ਗੁਰੂ ਨਾਨਕ ਸਾਹਿਬ ਤੋਂ ਗੱਲ ਸ਼ੁਰੂ ਕਰੀਏ ਕਿ ਗੁਰੂ ਨਾਨਕ ਸਾਹਿਬ ਨੇ ਦਸਤਾਰ ਬੰਨੀ ਕਿ ਬਾਬਾ ਨਾਨਕ ਵੀ ਪੱਗ ਬੰਨਦਾ ਸੀ। ਹੁਣ ਇਹਦਾ ਜਦੋਂ ਆਪਾਂ ਇਤਿਹਾਸ ਦੇ ਵਿੱਚ ਉੱਤਰ ਲੱਭਣ ਦਾ ਯਤਨ ਕਰਾਂਗੇ, ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਤ ਗ੍ਰੰਥ ਲਿਖਿਆ, ਉਹਦੇ ਵਿੱਚ ਇੱਕ ਬਚਨ ਲਿਖਦੇ ਨੇ, ਉਹ ਕਹਿੰਦੇ ਨੇ ਸੀਸ ਬਦਾ ਸਿਰ ਪੇਚ ਫਬੇ, ਸ਼ਬ ਚਾਰ ਬਿਲੋਕਤ ਹੈ ਅੰਗਣਾ। ਭਾਈ ਸਾਹਿਬ ਭਾਈ ਗੁਰੂ ਦਾਸ ਕਹਿੰਦੇ ਗੁਰੂ ਨਾਨਕ ਸਾਹਿਬ ਜਦੋਂ ਤਿਆਰ ਹੋਣ ਲੱਗੇ ਨੇ, ਬਰਾਤ ਤਿਆਰ ਹੋਈ, ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਹੈ ਤੇ ਗੁਰੂ ਨਾਨਕ ਸਾਹਿਬ ਨੇ ਸਿਰ ਦੇ ਉੱਤੇ ਬੜੀ ਸੋਹਣੀ ਦਸਤਾਰ ਬੰਨੀ ਹੈ, ਸੀਸ ਬਦਾ ਸਿਰ ਪੇਚ ਫਬੇ, ਉਹਨਾਂ ਦੇ ਸਿਰ ਦੇ ਉੱਤੇ ਬੜੀ ਸੋਹਣੀ ਪੱਗ ਫਬਦੀ ਪਈ ਹੈ। ਕਵੀ ਸੰਤੋਖ ਸਿੰਘ ਲਿਖਦੇ ਪਏ ਨੇ ਹੁਣ ਸਿੱਧ ਹੋ ਗਿਆ ਵੀ ਗੁਰੂ ਨਾਨਕ ਸਾਹਿਬ ਵੀ ਪੱਗ ਬੰਨਦੇ ਸਨ, ਇਹ ਗੱਲ ਸਿੱਧ ਹੋ ਗਈ। ਹੁਣ ਅੱਗੇ ਗੱਲ ਕਰੀਏ, ਛੇਵੇਂ ਪਾਤਸ਼ਾਹ ਜਦੋਂ ਤਖ਼ਤ ਤੇ ਬੈਠੇ ਨੇ, ਦੋ ਢਾਡੀ ਆਏ ਮੱਥਾ ਤੇ ਅਬਦੁੱਲਾ, ਉਹਨਾਂ ਨੇ ਆ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ੋਭਾ ਦੇ ਵਿੱਚ ਵਡਿਆਈ ਵਿੱਚ ਇੱਕ ਵਾਰ ਪੜ੍ਹੀ, ਵਾਰ ਗਾਈ, ਦੋ ਤਲਵਾਰਾਂ ਬੱਤੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਸਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਨਾਲ ਸਿਪਾਹੀ ਨੀਲ ਨਾਲ, ਮਾਰ ਦੁਸ਼ਟਾਂ ਕਰੇ ਤਕੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ੇ ਬਲਖ ਬਖੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਉਹਨਾਂ ਨੇ ਵਾਰ ਪੜ੍ਹੀ ਗੁਰੂ ਹਰਗੋਬਿੰਦ ਸਾਹਿਬ ਜੀ, ਜੈਹੋ ਜੀ ਤੇਰੀ ਪਾਗੇ, ਤੇਰੀ ਪੱਗ ਦੇ ਸਾਹਮਣੇ ਜਹਾਂਗੀਰ ਦੀ ਪੱਗ ਵੀ ਪੁੱਜਣੀ। ਭਾਵ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੱਗ ਦੀ ਵਡਿਆਈ ਕੀਤੀ। ਸੱਤਵੇਂ ਪਾਤਸ਼ਾਹ ਦਾ ਸਮਾਂ ਆਇਆ ਤੇ ਉਹਨਾਂ ਦੇ ਕੋਲ ਇੱਕ ਸਿੱਖਾਂ ਦਾ ਭਾਈ ਨੰਦ ਲਾਲ ਗਲੋਟੀਆ, ਉਹ ਆ ਕਰਕੇ ਕਹਿੰਦਾ ਸਤਿਗੁਰੂ ਮੇਰੀ ਝੋਲੀ ਵਿੱਚ ਉਪਦੇਸ਼ ਪਾਓ, ਰੱਬੀ ਗਿਆਨ ਦੀ ਦਾਤ ਪਾਓ, ਮੈਨੂੰ ਉਪਦੇਸ਼ ਕਰੋ। ਇਤਿਹਾਸ ਕਹਿੰਦਾ ਗੁਰੂ ਹਰਿਰਾਇ ਸਾਹਿਬ ਨੇ ਉਹਨੂੰ ਤਿੰਨ ਬਚਨ ਕੀਤੇ। ਪਹਿਲਾ ਬਚਨ ਕੀਤਾ ਵੀ ਕੇਸ ਨਹੀਂ ਕੱਟਣੇ, ਦੂਜਾ ਬਚਨ ਕੀਤਾ ਸਾਹਿਬ ਕਹਿੰਦੇ ਵੀ ਤੰਬਾਕੂ ਦੀ ਵਰਤੋਂ ਨਹੀਂ ਕਰਨੀ, ਤੇ ਤੀਜਾ ਬਚਨ ਕੀਤਾ ਵੀ ਸਿਰ ਤੇ ਟੋਪੀ ਨਹੀਂ ਪਾਣੀ। ਇਤਿਹਾਸ ਦੇ ਵਿੱਚ ਆ ਬਚਨ ਲਿਖੇ ਹੋਏ ਨੇ ਵੀ ਤੀਜੇ ਨੰਬਰ ਤੇ ਟੋਪੀ ਨਹੀਂ ਪਾਣੀ, ਇਹਦਾ ਮਤਲਬ ਸਿਰ ਦੇ ਉੱਤੇ ਪੱਗ ਬੰਨਣੀ, ਦਸਤਾਰ ਬੰਨਣੀ ਹੈ। ਆਮ ਕਰਕੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਆਉਂਦੇ ਹਾਂ ਤੇ ਬਹੁਤੇ ਗੁਰਦੁਆਰਿਆਂ ਦੇ ਬਾਰੇ ਲਿਖਿਆ ਹੁੰਦਾ ਤਕਰੀਬਨ ਵੀ ਟੋਪੀ ਪਾ ਕੇ ਅੰਦਰ ਆਉਣਾ ਸਖ਼ਤ ਮਨਾ ਹੈ। ਹੁਣ ਕੋਈ ਸਵਾਲ ਕਰੇ ਵੀ ਓਬਜੈਕਸ਼ਨ ਕਿਉਂ ਕੀਤਾ ਜਾਂਦਾ ਵੀ ਟੋਪੀ ਪਾ ਕੇ ਸਿਰ ਢੱਕਣ ਤੱਕ, ਮਤਲਬ ਹੈ ਸਿਰ ਭਾਵੇਂ ਰੁਮਾਲ ਨਾਲ ਢੱਕੀਏ ਤੇ ਭਾਵੇਂ ਟੋਪੀ ਨਾਲ ਢੱਕੀਏ। ਕਈ ਨੌਜਵਾਨ ਕਹਿ ਦਿੰਦੇ ਨੇ ਸਿਰ ਢੱਕਣ ਦਾ ਕੀ ਮਤਲਬ ਹੈ, ਟੋਪੀ ਨਾਲ ਵੀ ਸਿਰ ਢੱਕਿਆ ਜਾ ਸਕਦਾ ਹੈ ਤੇ ਰੁਮਾਲ ਦੇ ਨਾਲ ਵੀ, ਤੇ ਟੋਪੀ ਪਾ ਕੇ ਆਉਣ ਦੇ ਵਿੱਚ ਕੀ ਹਰਜੇ। ਫਿਰ ਉਹਨਾਂ ਨੂੰ ਸਮਝਾਈਦਾ ਹੈ ਵੀ ਪਹਿਲੇ ਨੰਬਰ ਤੇ ਆ ਗੁਰੂ ਦਾ ਹੁਕਮ ਹੈ, ਗੁਰੂ ਦਾ ਵਚਨ ਹੈ। ਗੁਰੂ ਹਰਿਰਾਇ ਸਾਹਿਬ ਨੇ ਵਚਨ ਕੀਤਾ ਸੀ ਵੀ ਕੇਸ ਨਹੀਂ ਕੱਟਣੇ, ਤੰਬਾਕੂ ਦੀ ਵਰਤੋਂ ਨਹੀਂ ਕਰਨੀ, ਤੇ ਨੰਬਰ ਤਿੰਨ ਟੋਪੀ ਨਹੀਂ ਪਾਉਣੀ। ਸਾਡੇ ਗੁਰੂ ਨੇ ਆਖਿਆ ਵੀ ਸਿਰ ਉੱਤੇ ਦਸਤਾਰ ਸਜਾਣੀ, ਇਸ ਕਰਕੇ ਗੁਰੂ ਦਾ ਹੁਕਮ ਹੈ। ਅੱਗੇ ਗੱਲ ਕਰੀਏ ਦਸਮ ਪਾਤਸ਼ਾਹ ਜੀ ਦੀ। ਸਤਿਗੁਰਾਂ ਨੇ ਭੰਗਾਣੀ ਦਾ ਯੁੱਧ ਲੜਿਆ, ਪਹਿਲੀ ਜੰਗ ਉਹਨਾਂ ਨੇ ਫਤਿਹ ਕੀਤੀ, ਉਹਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤ ਸ਼ਹੀਦ ਹੋਏ ਤੇ 700 ਮੁਰੀਦ ਸ਼ਹੀਦ ਹੋਏ ਨੇ। ਜਿਸ ਵਕਤ ਜੰਗ ਜਿੱਤੀ ਗਈ
ਤੇ ਵਾਪਸ ਜਾਣ ਲੱਗਾ ਅੰਮ੍ਰਿਤ ਵੇਲਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਤੰਬੂ ਦੇ ਵਿੱਚ ਪੀਰ ਬੁੱਧੂ ਸ਼ਾਹ ਆਉਂਦਾ ਹੈ। ਜਦੋਂ ਪੀਰ ਬੁੱਧੂ ਸ਼ਾਹ ਆਇਆ ਤੇ ਉਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਕੰਘਾ ਕਰਦੇ ਪਏ ਸਨ, ਸਿਰ ਦੇ ਉੱਤੇ ਕੰਘਾ ਕਰਦੇ ਪਏ ਸਨ। ਪੀਰ ਬੁੱਧੂ ਸ਼ਾਹ ਆਇਆ ਕਰਕੇ ਫਤਿਹ ਬੁਲਾਈ। ਸਾਹਿਬ ਨੇ ਵੇਖਿਆ ਤੇ ਪੀਰ ਬੁੱਧੂ ਸ਼ਾਹ ਕਹਿੰਦਾ, ਸਤਿਗੁਰੂ ਗੁਸਤਾਖੀ ਮਾਫ, ਮੈਂ ਅੰਮ੍ਰਿਤ ਵੇਲੇ ਤੁਹਾਡੇ ਤੰਬੂ ਦੇ ਵਿੱਚ ਆ ਗਿਆ, ਤੁਸੀਂ ਆਪਣਾ ਨੇਮ ਨਿਭਾ ਰਹੇ ਸੋ, ਮੈਂ ਤੁਹਾਡੇ ਕੋਲ ਖਿਮਾ ਮੰਗਦਾ। ਸਤਿਗੁਰ ਕਹਿੰਦੇ, ਦੱਸੋ ਪੀਰ ਬੁੱਧੂ ਸ਼ਾਹ ਜੀ। ਕਹਿਣ ਲੱਗਾ, ਸਤਿਗੁਰੂ ਦਰਬਾਰ ਦੇ ਵਿੱਚ ਤੁਹਾਡੇ ਨਾਲ ਖੁੱਲ ਕੇ ਗੱਲ ਨਹੀਂ ਹੋਣੀ ਸੀ, ਇਸ ਕਰਕੇ ਮੈਂ ਇੱਥੇ ਆਇਆ ਵਾਂ ਤੇ ਮੈਂ ਤੁਹਾਡੇ ਕੋਲ ਆਗਿਆ ਮੰਗਣ ਵਾਸਤੇ ਆਇਆ। ਸਤਿਗੁਰੂ, ਯੁੱਧ ਜਿੱਤਿਆ ਗਿਆ, ਮੈਂ ਘਰ ਜਾਣਾ ਹੈ ਤੇ ਮੈਨੂੰ ਆਗਿਆ ਦਿਓ। ਸਾਹਿਬ ਨੇ ਕੰਘਾ ਕੀਤਾ, ਬੜੇ ਖੁਸ਼ ਹੋਏ ਤੇ ਕਹਿਣਗੇ, ਪੀਰ ਬੁੱਧੂ ਸ਼ਾਹ, ਤੇਰੇ ਦੋ ਪੁੱਤ ਸ਼ਹੀਦ ਹੋਏ ਨੇ, 700 ਮੁਰੀਦ ਤੇਰਾ ਸ਼ਹੀਦ ਹੋਇਆ, ਦੱਸ ਤੂੰ ਕੀ ਚਾਹੁੰਦਾ ਹੈ, ਕੀ ਮੰਗਣਾ ਚਾਹੁੰਦਾ। ਹੁਣ ਦੇਖੋ ਪੀਰ ਬੁੱਧੂ ਸ਼ਾਹ ਨੇ ਮੰਗਿਆ ਕੀ। ਕਹਿਣ ਲੱਗਾ, ਸਤਿਗੁਰੂ ਤੁਹਾਡੇ ਤੋਂ ਮੈਂ ਜਾਇਦਾਦ ਨਹੀਂ ਮੰਗਦਾ, ਦੌਲਤ ਨਹੀਂ ਮੰਗਦਾ, ਪੈਸਾ ਨਹੀਂ ਮੰਗਦਾ, ਅੰਨ ਨਹੀਂ ਮੰਗਦਾ, ਧਨ ਨਹੀਂ ਮੰਗਦਾ, ਮੈਨੂੰ ਕੁੱਲ ਨਹੀਂ ਚਾਹੀਦਾ। ਜੇਕਰ ਤੁਸੀਂ ਤਰੁੱਠੇ ਹੋ ਤੇ ਮੇਰੇ ਤੇ ਇੰਨੀ ਕੁ ਕਿਰਪਾ ਕਰ ਦਿਓ, ਆ ਜੋ ਕੇਸਾਂ ਵਾਲਾ ਕੰਘਾ ਤੁਹਾਡੇ ਹੱਥ ਵਿੱਚ ਏ, ਆ ਮੇਰੀ ਝੋਲੀ ਵਿੱਚ ਪਾ ਦਿਓ। ਸਹਿ ਬੜੇ ਖੁਸ਼ ਹੋਏ ਤੇ ਇਤਿਹਾਸ ਕਹਿੰਦਾ ਵੀ ਸਤਿਗੁਰਾਂ ਨੇ ਕੇਸਾਂ ਦੇ ਸਮੇਤ ਉਹ ਕੰਘਾ ਪੀਰ ਬੁੱਧੂ ਸ਼ਾਹ ਨੂੰ ਭੇਟਾ ਕੀਤਾ ਤੇ ਪਲੱਸ ਸਿਰ ਦੀ ਅੱਧੀ ਦਸਤਾਰ ਸਤਿਗੁਰਾਂ ਨੇ ਆਪਣੀ ਅੱਧੀ ਦਸਤਾਰ ਪੀਰ ਬੁੱਧੂ ਸ਼ਾਹ ਨੂੰ ਦੇ ਦਿੱਤੀ। ਉਹ ਘਰ ਲੈ ਕੇ ਗਿਆ ਸਤਿਗੁਰਾਂ ਦੀ ਦਸਤਾਰ ਤੇ ਕੇਸਾਂ ਵਾਲਾ ਕੰਘਾ। ਘਰ ਵਾਲੀ ਨਸੀਰਾਂ ਨੇ ਬੂਹਾ ਖੋਲਿਆ, ਵੇਖਦੀ ਏ ਵੀ ਪੁੱਤ ਕਿੱਥੇ ਨੇ ਤੇ ਪੁੱਛਣਾ ਕੀਤਾ, ਪੀਰ ਜੀ ਤੁਹਾਡੇ ਨਾਲ ਦੋ ਜਵਾਨ ਪੁੱਤ ਗਏ ਸਨ, ਪੁੱਤ ਕਿੱਥੇ ਨੇ? ਤੇ ਉਸ ਵਕਤ ਪੀਰ ਬੁੱਧੂ ਸ਼ਾਹ ਕਹਿੰਦਾ ਵੀ ਨਸੀਰਾ, ਅੱਜ ਮੈਂ ਸਿੱਖਾਂ ਦੇ ਗੁਰੂ ਦੇ ਨਾਲ ਯਾਰੀ ਪਾ ਕੇ ਆਇਆ ਵਾਂ। ਉਹ ਕਹਿੰਦੀ ਵੀ ਕਿਹੜੀ ਯਾਰੀ? ਪੀਰ ਬੁੱਧੂ ਸ਼ਾਹ ਕਹਿੰਦਾ ਵੀ ਜਦੋਂ ਦੋ ਦੋਸਤਾਂ ਦੀ ਯਾਰੀ ਪੈਂਦੀ ਹੈ, ਜਦੋਂ ਵਿਛੜਦੇ ਨੇ ਇੱਕ ਦੂਜੇ ਦੇ ਨਾਲ ਚੀਜ਼ਾਂ ਬਲਟਾਉਂਦੇ ਨੇ। ਆਪਾਂ ਵੇਖਦੇ ਹਾਂ ਸਾਡਾ ਕੋਈ ਦਿਲੀ ਮਿੱਤਰ ਦੂਰ ਹੋਏ, ਕਿਤੇ ਦੂਰ ਜਾਏ ਤੇ ਆਪਾਂ ਕੁਝ ਅਦਲਾ ਬਦਲੀ ਕਰ ਲੈਂਦੇ ਹਾਂ, ਉਹਦੇ ਨਾਲ ਅਦਲਾ ਬਦਲੀ ਕਰ ਲਈ ਜਾਂਦੀ ਹੈ। ਜਿਹਨੂੰ ਆਪਾਂ ਕਹਿ ਵੀ ਦਿੰਦੇ ਵੀ ਪੱਗ ਵਟਾ ਲਈ, ਪੱਗ ਵੱਟ ਮੇਰਾ ਭਰਾ ਬਣ ਗਿਆ, ਇੱਦਾਂ ਦੇ ਸ਼ਬਦ ਵੀ ਬੋਲੇ ਜਾਂਦੇ ਨੇ। ਪੀਰ ਕਹਿਣ ਲੱਗਾ, ਪੀਰ ਬੁੱਧੂ ਸ਼ਾਹ, ਮੈਂ ਸਿੱਖਾਂ ਦੇ ਗੁਰੂ ਦੇ ਨਾਲ ਯਾਰੀ ਪੱਕੀ ਕਰਕੇ ਆਇਆ ਵਾਂ। ਉਹ ਕਿਵੇਂ? ਨਸੀਰਾ ਕਹਿੰਦੀ, ਪੀਰ ਬੁੱਧੂ ਸ਼ਾਹ ਕਹਿੰਦਾ ਵੀ ਆ ਖੋਲ, ਪੋਟਲੀ ਖੋਲੀ, ਪੋਟਲੀ ਦੇ ਵਿੱਚ ਅੱਧੀ ਦਸਤਾਰ ਸੀ, ਕੇਸਾਂ ਦੇ ਸਮੇਤ ਕੰਘਾ ਸੀ। ਤੇ ਪੀਰ ਕਹਿਣ ਲੱਗਾ ਵੀ ਨਸੀਰਾ, ਮੈਂ ਸਿੱਖਾਂ ਦੇ ਗੁਰੂ ਦੀ ਝੋਲੀ ਦੇ ਵਿੱਚ ਆਪ ਦੇ ਦੋ ਪੁੱਤ ਪਾਏ ਤੇ 700 ਮੁਰੀਦ ਸ਼ਹੀਦ ਕਰਵਾਏ, ਸਿੱਖਾਂ ਦੇ ਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਆਪਣੀ ਸਿਰ ਦੀ ਅੱਧੀ ਦਸਤਾਰ ਤੇ ਕੇਸਾਂ ਵਾਲਾ ਕੰਘਾ ਪਾ ਦਿੱਤਾ। ਮੈਂ ਸਿੱਖਾਂ ਦੇ ਗੁਰੂ ਦੇ ਨਾਲ ਯਾਰੀ ਪੱਕੀ ਕਰਕੇ ਆਇਆ ਵਾਂ, ਮੈਂ ਦੋ ਪੁੱਤ ਭੇਟਾ ਕੀਤੇ ਤੇ ਸਿੱਖਾਂ ਦੇ ਗੁਰੂ ਨੇ ਮੈਨੂੰ ਆਪਣੇ ਸਿਰ ਦੀ ਅੱਧੀ ਦਸਤਾਰ ਤੇ ਕੰਘਾ ਭੇਟਾ ਕਰ ਦਿੱਤਾ। ਤੇ ਇਤਿਹਾਸ ਕਹਿੰਦਾ ਵੀ ਉਹ ਕੇਸਾਂ ਵਾਲਾ ਕੰਘਾ ਉਹਦੀ ਪੀੜ੍ਹੀ ਨੇ ਅੱਗੇ ਸੰਭਾਲ ਕੇ ਰੱਖਿਆ ਸੀ, ਅੱਗੇ ਤੱਕ ਸੰਭਾਲ ਕੇ ਰੱਖਿਆ। ਹੁਣ ਅਗਲੀ ਗੱਲ ਕਰੀਏ, ਨਾਦਰ ਸ਼ਾਹ ਜਿਸ ਵਕਤ ਹਮਲਾ ਕਰਦਾ ਹੈ ਹਿੰਦੁਸਤਾਨ ਦੇ ਉੱਤੇ 1739 ਦੇ ਵਿੱਚ, ਜਦੋਂ ਉਹਨੇ ਹਮਲਾ ਕੀਤਾ, ਇੱਥੋਂ ਉਹਨੇ ਤਕਰੀਬਨ 15 ਕਰੋੜ ਨਗਦ ਲੁੱਟਿਆ, 50 ਕਰੋੜ ਦਾ ਮਾਲ ਅਸਬਾਬ ਲੁੱਟਿਆ, 50,000 ਲੜਕੀਆਂ ਨੂੰ, ਬਹੂ ਬੇਟੀਆਂ ਨੂੰ ਬੰਦੀ ਬਣਾ ਕਰਕੇ ਆਪਣੇ ਦੇਸ਼ ਵੱਲ ਜਾ ਰਿਹਾ ਸੀ। ਇਸ ਤੋਂ ਇਲਾਵਾ 20,000 ਦੇ ਕਰੀਬ ਊਂਟ, ਬਲਦ, ਘੋੜੇ, ਹਾਥੀ ਇਹਨਾਂ ਨੂੰ ਲੈ ਕੇ ਜਾ ਰਿਹਾ ਸੀ। ਹਿੰਦੁਸਤਾਨ ਦੇ ਵਿੱਚ ਕੋਈ ਵੀ ਨਹੀਂ ਸੀ ਜਿਹੜਾ ਨਾਦਰ ਸ਼ਾਹ ਦਾ ਰਾਹ ਰੋਕਦਾ, ਸਿੱਖਾਂ ਨੇ ਉਹਦਾ ਰਾਹ ਰੋਕਿਆ, ਸਿੱਖਾਂ ਨੇ ਹੱਲੇ ਕੀਤੇ, ਸਿੱਖਾਂ ਨੇ ਨੌਜਵਾਨ ਲੜਕੀਆਂ ਨੂੰ ਛੁਡਾਇਆ। ਤੇ ਜਿਸ ਵਕਤ ਨਾਦਰ ਸ਼ਾਹ ਨੇ ਵੇਖਿਆ ਮੇਰੇ ਕਾਫਲੇ 'ਤੇ ਕੋਈ ਹਮਲਾ ਕਰਦਾ ਹੈ, ਤੇ ਜ਼ਕਰੀਆ ਨੂੰ ਪੁੱਛਦਾ ਵੀ ਆ ਕੌਣ ਨੇ, ਤੇ ਜ਼ਕਰੀਆ ਕਹਿੰਦਾ ਵੀ ਆ ਸਿੱਖ ਨੇ। ਕਹਿੰਦਾ ਵੀ ਇਹਨਾਂ ਨੇ ਮੇਰਾ ਨੁਕਸਾਨ ਕੀਤਾ, ਜੋ ਮੈਂ ਲੁੱਟ ਕੇ ਲੈ ਕੇ ਆਇਆ ਸੀ ਮੈਂ ਹਿੰਦੁਸਤਾਨ ਨੂੰ ਲੁੱਟਿਆ, ਇਹਨਾਂ ਨੇ ਮੈਨੂੰ ਹੀ ਲੁੱਟ ਲਿਆ, ਬਹੂ ਬੇਟੀਆਂ ਨੂੰ ਛੁਡਾ ਲਿਆ। ਕਹਿਣ ਲੱਗਾ ਵੀ ਇਹਨਾਂ ਨੂੰ ਮੈਂ ਬਰਬਾਦ ਕਰ ਦਾਂਗਾ, ਇਹਨਾਂ ਦੇ ਘਰ ਕਾਢ ਨੂੰ ਜਾੜ ਦਾਂਗਾ, ਇਹਨਾਂ ਦੇ ਘਰਾਂ ਨੂੰ ਤਬਾਹ ਕਰ ਦਾਂਗਾ। ਤੇ ਜ਼ਕਰੀਆ ਨੇ ਗੱਲ ਆਖੀ, ਉਹ ਕਹਿੰਦਾ ਵੀ ਤੂੰ ਇੱਕ ਬਾਦਸ਼ਾਹ ਆ ਸਾਰੀ ਬਾਦਸ਼ਾਹ ਨੇ। ਨਾਦਰ ਸ਼ਾਹ ਕਹਿੰਦਾ ਵੀ ਉਹ ਕਿਵੇਂ? ਮੈਂ ਇੱਕ ਬਾਦਸ਼ਾਹ ਸਾਰੇ ਬਾਦਸ਼ਾਹ ਕਿਵੇਂ ਨੇ? ਤੇ ਉਸ ਵਕਤ
ਜ਼ਕਰੀਆ ਕਹਿੰਦਾ ਵੀ ਤੂੰ ਆਖਦਾ ਹੈ ਵੀ ਇਹਨਾਂ ਦੇ ਘਰ ਤਬਾਹ ਕਰ ਦਾਂਗਾ, ਆ ਜੰਗਲਾਂ ਦੇ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਨੇ, ਘੋੜੇ ਦੀ ਕਾਠੀ ਹੀ ਇਹਨਾਂ ਦਾ ਘਰ ਹੈ, ਤੂੰ ਕਿੱਦਾਂ ਤਬਾਹ ਕਰੇਂਗਾ, ਜੰਗਲਾਂ ਨੂੰ ਕਿੱਦਾਂ ਤਬਾਹ ਕਰੇਂਗਾ, ਜੰਗਲਾਂ ਦੇ ਵਿੱਚ ਰਹਿੰਦੇ ਨੇ। ਤੇ ਅਗਲੀ ਗੱਲ ਆ ਕਿ ਵੀ ਬਾਦਸ਼ਾਹ ਕਿਵੇਂ ਨੇ, ਜਦੋਂ ਹਰ ਇੱਕ ਸਿੱਖ ਉੱਠਦਾ ਅੰਮ੍ਰਿਤ ਵੇਲੇ, ਬਾਣੀ ਪੜ੍ਹ ਕੇ ਤਿਆਰ ਹੋ ਕਰਕੇ ਜਦੋਂ ਸਿਰ ਦੇ ਉੱਤੇ ਦਸਤਾਰ ਸਜਾਉਂਦਾ ਹੈ, ਉਹ ਗੁਰੂ ਦਾ ਬਖਸ਼ਿਆ ਤਾਜ ਸਜਾਉਂਦਾ ਹੈ, ਮਾਨੋ ਹਰ ਸਿੱਖ ਆਪਣੇ ਆਪ ਦੇ ਵਿੱਚ ਬਾਦਸ਼ਾਹ ਲੱਗਦਾ ਹੈ। ਇੱਕ ਬਾਦਸ਼ਾਹ ਹੈ ਤੂੰ, ਇੱਕ ਬਾਦਸ਼ਾਹ ਆ, ਸਾਰੇ ਬਾਦਸ਼ਾਹ ਨੇ ਕਹਿ ਤੂੰ ਭਾਵ। ਜਦੋਂ ਉਹ ਗੱਲ ਆ ਕੀ ਸੀ ਵੀ ਜਦੋਂ ਸਿੱਖ ਤਿਆਰ ਹੋ ਕਰਕੇ ਸਿਰ ਦੇ ਉੱਤੇ ਦਸਤਾਰ ਸਜਾਉਂਦਾ ਹੈ, ਮਨ ਨੂੰ ਬਾਦਸ਼ਾਹ ਦਾ ਰੂਪ ਲੱਗਦਾ ਹੈ। ਗਿਆਨੀ ਗਿਆਨ ਸਿੰਘ ਹੋਰਾਂ ਨੇ ਇਹਨਾਂ ਸਿੰਘਾਂ ਦਾ ਇੱਕ ਬਹੁਤ ਸੋਹਣਾ ਹੁਲੀਆ ਬਿਆਨ ਕੀਤਾ। ਉਹ ਕਹਿੰਦੇ ਨੇ ਫਿੱਡਾ ਜੈਸਾ ਟੱਟੂ ਆਓ, ਜੱਲੜੂ ਕਾ ਕਾਠੀ ਪਾਏ, ਰਸਰੂ ਲਗਾਮ ਤੇ ਰਸਰੂ ਰਕਾਬਜੂ। ਅੱਗੇ ਕਹਿੰਦੇ ਨੇ ਪਾਟਿਆ ਸਾ ਕਛੜੂ ਤੇ ਨੀਲੜੂ ਸਾ ਚਾਦਰੂ ਹੈ, ਡੂਚੋ ਜੈਸਾ ਪਗੜੂ ਬਣਾਏ ਸਿਰ ਤਾਰਜੂ, ਟੁੱਟਿਆ ਸਾ ਤੇਗੜੂ ਤੇ ਲੀਰੜੂ ਮਿਆਨ ਜਾ ਕੇ, ਗੱਠ ਸੱਠ ਗਾਦਰਾ ਬਣਾਇਆ ਸਭ ਸਾਜੂ, ਨਾਮ ਤੋਂ ਅਕਾਲੜੂ ਸੋ ਬੁਰੇ ਹਾਲੜੂ, ਲੂਟ ਕੂਟ ਕਾਮਨੇ ਕੋ ਡਾਢੇ ਉਸਤਾਦਜੂ। ਉਹ ਕਹਿੰਦਾ ਵੀ ਇਹਨਾਂ ਦੀ ਹਾਲਤ ਹੈ ਵੀ ਫਿੱਟਾ ਜੈਸਾ ਟੱਟੂ ਆਓ, ਵੀ ਇਹਨਾਂ ਦੇ ਕੋਲ ਕਮਜ਼ੋਰ ਜਿਹਾ ਘੋੜਾ ਹੁੰਦਾ, ਜਿਹੜੀ ਕਾਠੀ ਹੁੰਦੀ ਉਹਦੀ ਵੀ ਹਾਲਤ ਖਸਤਾ ਹੁੰਦੀ ਹੈ, ਔਰ ਇਹਨਾਂ ਦਾ ਜਿਹੜਾ ਕਛੜੂ ਦਾ ਅਰਥ ਇੱਕ ਸ਼ਹਿਰਾ, ਉਹਦੀ ਹਾਲਤ ਵੀ ਚੰਗੀ ਨਹੀਂ, ਨੀਲੀ ਜੀ ਇਹਨਾਂ ਨੇ ਚਾਦਰ ਦੀ ਬੁੱਕਲ ਮਾਰੀ ਹੁੰਦੀ ਹੈ, ਇਹਨਾਂ ਦੀ ਮਿਆਰ ਵੀ ਟੁੱਟੀ ਹੁੰਦੀ ਹੈ, ਤੇ ਇਹਨਾਂ ਨੇ ਸਿਰ ਉੱਤੇ ਵੱਡੀ ਸਾਰੀ ਪੱਗ ਬੰਨੀ ਹੁੰਦੀ ਹੈ, ਉਹ ਪੱਗ ਹੀ ਇਹਨਾਂ ਦਾ ਤਾਜ ਹੈ। ਡੂਜੋ ਜੈਸਾ ਪੱਗੜੂ ਬਣਾਏ ਸਿਰ ਤਾਰਜੂ, ਤੇ ਅੱਗੇ ਕਹਿੰਦਾ ਵਾ ਵੀ ਇਹਨਾਂ ਦੀ ਜਿਹੜੀ ਹਾਲਤ ਤੇ ਮਿਆਰ ਵੀ ਇਹਨਾਂ ਦੀ ਟੁੱਟੀ, ਤੇਗ ਵੀ ਕੋਈ ਇਹਨਾਂ ਦੀ ਬਹੁਤੀ ਮਜ਼ਬੂਤ ਨਹੀਂ, ਵੀ ਆਪਣੇ ਆਪ ਨੂੰ ਅਕਾਲੜੂ ਕਹਿੰਦੇ ਨੇ, ਅਕਾਲੀ ਕਹਿੰਦੇ ਨੇ, ਅਕਾਲ ਨੂੰ ਮੰਨਣ ਵਾਲੇ ਕਹਿੰਦੇ ਨੇ, ਪਰ ਆ ਫੱਟ ਖਾਣ ਦੇ ਵਿੱਚ, ਮਾਰ ਖਾਣ ਦੇ ਵਿੱਚ ਬੜੇ ਉਸਤਾਦ ਨੇ, ਕੁੱਟਣ ਦੇ ਵਿੱਚ ਵੀ ਉਸਤਾਦ ਨੇ, ਤੇ ਕੁੱਟ ਖਾਣ ਵਿੱਚ ਵੀ ਉਸਤਾਦ ਨੇ, ਲੂਟ ਕੂਟ ਕਾਮਨੇ ਕੋ ਡਾਢੇ ਉਸਤਾਦ ਨੇ। ਗਿਆਨੀ ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਦੇ ਅੰਦਰ ਜ਼ਿਕਰ ਕੀਤਾ, ਕਹਿਣ ਤੋਂ ਭਾਵ ਜੋ ਦਸਤਾਰ ਹੈ ਆ ਸਾਡੇ ਸਿਰ ਦਾ ਤਾਜ ਹੈ। ਮਾਤਾ ਗੁਜਰੀ ਨੇ ਜਿਸ ਵਕਤ ਛੋਟੇ ਸਾਹਿਬਜ਼ਾਦਿਆਂ ਨੂੰ ਤੋਰਿਆ, ਅੱਲਾ ਯਾਰ ਖਾਂ ਜੋਗੀ ਨੇ ਉਸ ਵਕਤ ਇੱਕ ਬੜੀ ਸੋਹਣੀ ਗੱਲ ਲਿਖੀ। ਉਹ ਕਹਿੰਦਾ ਵੀ ਜਦੋਂ ਸਿਪਾਹੀ ਲੈਣ ਵਾਸਤੇ ਆਏ ਤੇ ਸਿਪਾਹੀਆਂ ਨੇ ਆਵਾਜ਼ ਦਿੱਤੀ ਵੀ ਮਾਂ ਆਪ ਦੇ ਪੋਤਿਆਂ ਨੂੰ ਤਿਆਰ ਕਰ, ਇਹਨਾਂ ਦੀ ਪੇਸ਼ੀ ਹੈ, ਤੇ ਕੀ ਪਤਾ ਵੀ ਅੱਜ ਤੋਂ ਬਾਅਦ ਤੇਰੇ ਪੋਤੇ ਵਾਪਸ ਹੀ ਨਾ ਆਣਾ, ਵਾਪਸ ਨਾ ਆਣ। ਉਸ ਵਕਤ ਅੱਲਾ ਯਾਰ ਖਾਂ ਜੋਗੀ ਨੇ ਜਿਹੜੀਆਂ ਸਤਰਾਂ ਬਿਆਨ ਕੀਤੀਆਂ, ਉਹ ਕਹਿੰਦਾ ਵੀ ਜਦੋਂ ਸਿਪਾਹੀ ਕਹਿੰਦਾ ਵੀ ਮਾਂ ਪੋਤਿਆਂ ਨੂੰ ਤਿਆਰ ਕਰ, ਕੀ ਪਤਾ ਅੱਜ ਤੋਂ ਬਾਅਦ ਤੇਰੇ ਪੋਤੇ ਨਾ ਹੀ ਆਣ, ਤੇ ਉਸ ਵਕਤ ਮਾਤਾ ਗੁਜਰੀ ਨੇ ਜਵਾਬ ਦਿੱਤਾ, ਜਾਣੇ ਸੇ ਪਹਿਲੇ ਆਓ ਤੁਮਕੋ ਗਲੇ ਸੇ ਲਗਾ ਤੋ ਲੂੰ, ਕੇਸੋਂ ਕੋ ਕੰਘੀ ਕਰੂੰ ਮੂੰਹ ਦੁਲਾ ਤੋ ਲੂੰ, ਨੰਨੇ ਸੇ ਸਰੋਂ ਪਰ ਕਲ ਕੀ ਸਜ਼ਾ ਤੋ ਲੂੰ, ਮਰਨੇ ਸੇ ਪਹਿਲੇ ਮੈਂ ਤੁਮਕੋ ਦੁਲਹਾ ਬਣਾ ਤੋ ਲੂੰ। ਮਾਂ ਗੁਜਰੀ ਕਹਿੰਦੀ ਵੀ ਇਹਨਾਂ ਨੂੰ ਮੈਂ ਤਿਆਰ ਕਰ ਲਾਂ, ਇਹਨਾਂ ਦੇ ਕੇਸਾਂ ਨੂੰ ਕੰਘੀ ਕਰਾਂ, ਤੇ ਅਗਲੀ ਗੱਲ ਕਹਿੰਦੀ ਵੀ ਇਹਨਾਂ ਦੇ ਸਿਰਾਂ ਉੱਤੇ ਕਲਗੀ ਸਜਾਣਾ। ਹੁਣ ਕਲਗੀ ਤਾਂ ਸਜਾਈ ਜਾਏਗੀ ਜੇ ਸਿਰ ਉੱਤੇ ਦਸਤਾਰ ਬੰਨੀ ਹੋਏਗੀ। ਇਹ ਤੂੰ ਸਿੱਧ ਹੁੰਦਾ ਵੀ ਗੁਰੂ ਕੇ ਲਾਲ ਆਖਰੀ ਦਮ ਤੱਕ ਸਿਰ ਉੱਤੇ ਦਸਤਾਰ ਸਜਾਉਂਦੇ ਨੇ, ਸਿੱਖ ਸ਼ਹੀਦੀ ਵੀ ਦਸਤਾਰ ਬਣ ਕੇ ਪਾ ਰਿਹਾ ਹੈ। ਇਤਿਹਾਸ ਪੜ੍ਹੋ, ਸਿੰਘ ਸ਼ਹੀਦ ਹੁੰਦੇ ਨੇ ਤੇ ਸਿਰ ਉੱਤੇ ਤਾਜ ਹੁੰਦਾ ਹੈ, ਸਿਰ ਉੱਤੇ ਦਸਤਾਰ ਬੰਨੀ ਹੁੰਦੀ ਹੈ। ਦਸਤਾਰ ਕਿਤਨਾ ਕੁ ਸਿੱਖੀ ਦਾ ਅੰਗ ਹੈ ਵੀ ਸਿੱਖ ਜਿਉਂਦਿਆਂ ਵੀ ਦਸਤਾਰ ਬੰਨਦਾ ਹੈ, ਮਰਦੇ ਦਮ ਤੱਕ ਵੀ ਬੰਨਦਾ ਹੈ। ਮਰਨੇ ਸੇ ਪਹਿਲੇ ਆਓ ਦੁਲਹਾ ਬਣਾ ਤੋ, ਆ ਗੁਰੂ ਦੀ ਬਖਸ਼ੀ ਹੋਈ ਦਾਤ, ਆ ਗੁਰੂ ਦਾ ਬਖਸ਼ਿਆ ਹੋਇਆ ਤਾਜ। ਤੇ ਅਗਲੀ ਗੱਲ ਕਰਾਂ, ਗੁਰੂ ਦੇ ਬਖਸ਼ੇ ਹੋਏ ਤਾਜ ਨੂੰ ਆਪਾਂ ਕਿਸੇ ਗੈਰ ਅੱਗੇ ਨਹੀਂ ਚੁਕਾ ਸਕਦੇ। ਗੁਰੂ ਦੇ ਬਖਸ਼ੇ ਹੋਏ ਤਾਜ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਗੁਰੂ ਤੋਂ ਸਿਵਾਏ ਆਪਾਂ ਕਿਸੇ ਅੱਗੇ ਝੁਕਾ ਨਹੀਂ ਸਕਦੇ। ਪਿਛਲੇ ਦਿਨੀ ਵੀ ਮਹਾਰਾਣਾ ਪ੍ਰਤਾਪ ਸਿੰਘ ਦੀ ਵਾਰਤਾ ਦਾ ਜ਼ਿਕਰ ਕੀਤਾ ਸੀ, ਅਕਬਰ ਦੇ ਨਾਲ ਉਹਦੀ ਲੜਾਈ ਹੋਈ ਤੇ ਹਾਰ ਗਿਆ। ਜਦੋਂ ਬੁਰੀ ਤਰ੍ਹਾਂ ਹਾਰ ਗਿਆ, ਜੰਗਲਾਂ ਵਿੱਚ ਚਲਾ ਗਿਆ, ਤਾਂ ਅੱਗੇ ਭਿਖਾਰੀ ਮਿਲਦਾ ਹੈ, ਉਹਨੇ ਵੇਖਿਆ ਵੀ ਆ ਮਹਾਰਾਣਾ ਪ੍ਰਤਾਪ ਸਿੰਘ
ਤੇ ਜਦੋਂ ਵੇਖਿਆ ਮਹਾਰਾਣਾ ਪ੍ਰਤਾਪ ਸਿੰਘ ਕਦੀ ਮੈਂ ਇਹਦੇ ਦਰਬਾਰ ਦੇ ਵਿੱਚ ਮੰਗਣ ਆਉਂਦਾ ਸਾਂ, ਮੈਨੂੰ ਝੋਲੀ ਭਰ ਕੇ ਢੋਲਦਾ ਸੀ, ਅੱਜ ਵੀ ਮੰਗਦਾ ਹਾਂ, ਕੋਲ ਗਿਆ, ਕਹਿੰਦਾ ਵੀ ਤੂੰ ਮਹਾਰਾਣਾ ਪ੍ਰਤਾਪ ਸਿੰਘ ਏ? ਉਹ ਕਹਿੰਦਾ ਹਾਂ ਮੈਂ ਮਹਾਰਾਣਾ ਪ੍ਰਤਾਪ ਸਿੰਘ ਆ। ਕਹਿਣ ਲੱਗਾ ਵੀ ਮੈਂ ਤੇਰੇ ਦਰਬਾਰ ਦੇ ਵਿੱਚ ਮੰਗਣ ਆਉਂਦਾ ਹੁੰਦਾ ਸਾਂ ਤੇ ਅੱਜ ਵੀ ਦੋ ਦਿਨ ਹੋ ਗਏ ਨੇ ਮੈਨੂੰ ਕਿ ਤੂੰ ਵੀ ਕੁਝ ਮਿਲਿਆ ਨੀ, ਤੂੰ ਮੇਰੀ ਝੋਲੀ ਵਿੱਚ ਖੈਰ ਪਾ। ਜਦੋਂ ਆਹ ਗੱਲ ਆਖੀ ਉਹਦਾ ਮਨ ਪਸੀਰ ਗਿਆ, ਕਹਿਣ ਲੱਗਾ ਵੀ ਸੱਜਣਾ ਅੱਜ ਮੈਂ ਵੀ ਤੇਰੇ ਵਰਗਾ ਹਾਂ, ਅੱਜ ਮੈਂ ਵੀ ਤੇਰੇ ਵਰਗਾ, ਮੇਰੇ ਕੋਲ ਕੋਈ ਤਖ਼ਤ ਨਹੀਂ, ਮੇਰੇ ਕੋਲ ਕੋਈ ਜ਼ਮੀਨ ਨਹੀਂ, ਕੋਈ ਜਾਤ ਜਾਇਦਾਦ ਨਹੀਂ, ਕੋਈ ਫੌਜਾਂ ਨਹੀਂ, ਕੋਈ ਸਿਪਾਹੀ ਨਹੀਂ, ਕੋਈ ਕਿਲ੍ਹਾ ਨਹੀਂ, ਮੇਰੇ ਕੋਲ ਕੁਝ ਵੀ ਨਹੀਂ, ਮੈਂ ਤੇਰੇ ਵਾਂਗ ਕੰਗਾਲ ਹਾਂ, ਅੱਜ ਆਪਾਂ ਦੋਵੇਂ ਬਰਾਬਰ ਹਾਂ। ਭਿਖਾਰੀ ਨੇ ਜਿੱਦ ਕੀਤੀ ਵੀ ਨਹੀਂ, ਤੂੰ ਮਹਾਰਾਣਾ ਪ੍ਰਤਾਪ ਸਿੰਘ ਏ ਤੇ ਇਹਨਾਂ ਦੇ ਕੋਲ ਕੁਝ ਨਾ ਕੁਝ ਦੇਣ ਵਾਸਤੇ ਜ਼ਰੂਰ ਹੁੰਦਾ। ਉਹ ਕਹਿੰਦਾ ਮੇਰੇ ਹੱਥ ਵੇਖ ਲੈ, ਹੱਥ ਵੀ ਖਾਲੀ ਨੇ, ਮੇਰੀਆਂ ਜੇਬਾਂ ਵੇਖ ਲੈ, ਜੇਬਾਂ ਵੀ ਖਾਲੀ ਨੇ, ਅੱਜ ਮੈਂ ਤੈਨੂੰ ਕੁਝ ਨਹੀਂ ਦੇ ਸਕਦਾ, ਮੈਨੂੰ ਅਫਸੋਸ ਏ। ਪਰ ਜਦੋਂ ਉਹਨੇ ਟੁੰਬਿਆ, ਭਿਖਾਰੀ ਕਹਿਣ ਲੱਗਾ ਵੀ ਨਹੀਂ, ਬੇਸ਼ੱਕ ਅੱਜ ਤੇਰੇ ਕੋਲ ਬਾਦਸ਼ਾਹੀ ਨਹੀਂ, ਪਰ ਤੇਰਾ ਦਿਲ ਅਜੇ ਤੱਕ ਵੀ ਬਾਦਸ਼ਾਹ ਏ। ਫਿਰ ਅੱਗੇ ਗੱਲ ਆਖੀ, ਕਹਿਣ ਲੱਗਾ ਵੀ ਜੇਕਰ ਤੂੰ ਜੇਦੀ ਕੀਤੀ, ਮੈਂ ਤੈਨੂੰ ਸਭ ਤੋਂ ਆਪਣੀ ਕੀਮਤੀ ਚੀਜ਼ ਦੇਣ ਵਾਸਤੇ ਤਿਆਰ ਹਾਂ। ਕਹਿੰਦਾ ਮੇਰੇ ਕੋਲ ਕੁਝ ਹੋਰ ਤੇ ਹੈ ਨਹੀਂ, ਆਹ ਮੇਰੀ ਸਿਰ ਦੀ ਪੱਗ ਏ ਤੇ ਆ ਲੈ ਲਾ। ਉਹਨੇ ਆਪ ਆਪਣੀ ਸਿਰ ਦੀ ਪੱਗ ਚੱਕ ਕੇ ਭਿਖਾਰੀ ਦੇ ਸਿਰ ਤੇ ਰੱਖ ਦਿੱਤੀ ਤੇ ਨਾਲ ਆਖਿਆ, ਕਹਿਣ ਲੱਗਾ ਮੇਰੇ ਨਾਲ ਇੱਕ ਵਾਅਦਾ ਕਰ, ਮੇਰੀ ਪੱਗ ਬੰਨ੍ਹ ਕੇ ਕਿਸੇ ਅੱਗੇ ਇਸ ਪੱਗ ਨੂੰ ਝੁਕਾਏਗਾ ਨਹੀਂ। ਆਹ ਜਿਹੜੀ ਪੱਗ ਅਕਬਰ ਦੇ ਅੱਗੇ ਨਹੀਂ ਝੁਕੀ, ਆਹ ਜਿਹੜੀ ਪੱਗ ਹੈ ਕਿਸੇ ਗੈਰ ਮਹਾਰਾਜੇ ਅੱਗੇ ਨਹੀਂ ਝੁਕੀ, ਨਾ ਅਕਬਰ ਅੱਗੇ ਝੁਕੀ, ਕਿਸੇ ਅੱਗੇ ਵੀ ਨਹੀਂ ਝੁਕੀ। ਮੈਂ ਹਾਰ ਤੇ ਗਿਆ ਪਰ ਮੈਂ ਹਾਰ ਮੰਨੀ ਨਹੀਂ, ਜੰਗਲਾਂ ਦੇ ਵਿੱਚ ਆ ਗਿਆ, ਬਾਗੀ ਹੋ ਗਿਆ, ਮੈਨੂੰ ਫੜਨ ਵਾਸਤੇ ਅਕਬਰ ਨੇ ਬੜੇ ਯਤਨ ਕੀਤੇ। ਉਹ ਕਹਿੰਦਾ ਤੇਰੇ ਨੂੰ ਵਾਅਦਾ ਰਿਹਾ, ਤੇਰੀ ਪੱਗ ਨੂੰ ਬੰਨ ਕੇ ਮੈਂ ਕਿਸੇ ਅੱਗੇ ਝੁਕਾਵਾਂਗਾ ਨਹੀਂ। ਹੋਇਆ ਕਿ ਅਕਬਰ ਜਿਮਾ ਕਰਿਆ ਜੇ ਮਹਾਰਾਣਾ ਪ੍ਰਤਾਪ ਸਿੰਘ ਦੇ ਨਾਲ ਉਹਨੇ ਵਾਅਦਾ ਕੀਤਾ ਭਿਖਾਰੀ ਨੇ, ਉਹ ਚਲਾ ਗਿਆ। ਕੁਝ ਕੁ ਦਿਨ ਬਤੀਤ ਹੋਏ, ਉਹੀ ਭਿਖਾਰੀ ਅਕਬਰ ਦੇ ਦਰਬਾਰ ਦੇ ਵਿੱਚ ਆ ਗਿਆ। ਜਦੋਂ ਅਕਬਰ ਦੇ ਦਰਬਾਰ ਦੇ ਵਿੱਚ ਆਇਆ, ਸਿਰ ਦੇ ਉੱਤੇ ਉਹਨੇ ਉਹੀ ਪੱਗ ਬੰਨ੍ਹੀ ਹੋਈ ਹੈ। ਦਰਬਾਰ ਦੇ ਵਿੱਚ ਆਇਆ ਤੇ ਦਰਬਾਰ ਦਾ ਅਸੂਲ ਹੁੰਦਾ ਵੀ ਪਹਿਲਾਂ ਮੱਥਾ ਟੇਕਣਾ, ਸਲਾਮ ਕਰਨੀ। ਆਪਾਂ ਵੀ ਗੁਰੂ ਦਰਬਾਰ ਵਿੱਚ ਆਉਂਦੇ ਹਾਂ, ਪਹਿਲਾ ਅਸੂਲ ਇੱਥੇ ਮੱਥਾ ਟੇਕਣ ਦਾ। ਦਰਬਾਰਾਂ ਦਾ ਅਸੂਲ ਹੁੰਦਾ, ਉਹ ਮਹਾਰਾਜੇ ਦਾ ਦਰਬਾਰ ਸੀ, ਉੱਥੇ ਸਲਾਮ ਕੀਤੀ ਜਾਂਦੀ ਸੀ। ਹੁਣ ਮਨ ਵਿੱਚ ਸੋਚਣ ਲੱਗਾ ਵੀ ਜੇਕਰ ਤੇ ਮੈਂ ਸਲਾਮ ਕੀਤੀ, ਸਿਰ ਝੁਕਾਇਆ ਅਕਬਰ ਦੇ ਅੱਗੇ, ਫਿਰ ਤੇ ਮੇਰਾ ਵਾਅਦਾ ਟੁੱਟ ਜਾਏਗਾ, ਜਿਹੜਾ ਮੈਂ ਮਹਾਰਾਣਾ ਪ੍ਰਤਾਪ ਸਿੰਘ ਨਾਲ ਵਾਅਦਾ ਕੀਤਾ ਸੀ ਵੀ ਤੇਰੀ ਪੱਗ ਨੂੰ ਬੰਨ੍ਹ ਕੇ ਕਿਸੇ ਅੱਗੇ ਝੁਕਾਵਾਂਗਾ ਨਹੀਂ, ਉਹ ਵਾਅਦਾ ਟੁੱਟ ਜਾਏਗਾ ਜੇਕਰ ਮੈਂ ਇਹਨੂੰ ਸਲਾਮ ਕਰ ਦਿੱਤੀ। ਤੇ ਜੇਕਰ ਮੈਂ ਇਹਨੂੰ ਸਲਾਮ ਨਾ ਕੀਤੀ, ਇਹਨੇ ਮੈਨੂੰ ਕੁਝ ਦੇਣਾ ਨਹੀਂ, ਹੋ ਸਕਦਾ ਮੈਨੂੰ ਸਜ਼ਾ ਦੇ ਦੇਵੇ ਵੀ ਮੈਂ ਇੱਕ ਬਾਦਸ਼ਾਹ ਹਿੰਦੁਸਤਾਨ ਦਾ, ਤੂੰ 2 ਕੋਟੀ ਦਾ ਭਿਖਾਰੀ, ਤੂੰ ਮੈਨੂੰ ਸਲਾਮ ਨਹੀਂ ਕੀਤੀ, ਮੇਰੀ ਤੋਹੀਨ ਕੀਤੀ, ਹੋ ਸਕਦਾ ਵੀ ਮੈਨੂੰ ਸਜ਼ਾ ਦੇ ਦੇਵੇ। ਉਹ ਭਿਖਾਰੀ ਬੜੇ ਸ਼ਸ਼ੋ ਪੰਜ ਵਿੱਚ ਪੈ ਗਿਆ, ਜੇਕਰ ਝੁਕਦਾ ਹੈ ਤੇ ਵਾਅਦਾ ਟੁੱਟਦਾ, ਜੇਕਰ ਨਹੀਂ ਝੁਕਦਾ ਤੇ ਅਕਬਰ ਬਾਦਸ਼ਾਹ ਦੀ ਤੋਹੀਨ ਹੁੰਦੀ। ਉਹਦੇ ਦਿਮਾਗ ਨੇ ਕੰਮ ਕੀਤਾ, ਉਹਨੇ ਕੀ ਕੀਤਾ ਵੀ ਆਪਣੀ ਜਿਹੜੀ ਪੱਗ ਸੀ, ਜਿਹੜੀ ਮਹਾਰਾਣੀ ਪ੍ਰਤਾਪ ਸਿੰਘ ਦੀ ਪੱਗ ਸੀ, ਉਹਨੂੰ ਚੱਕ ਲਿਆ, ਉਹਨੂੰ ਹੱਥਾਂ ਦੇ ਨਾਲ ਉੱਤੇ ਚੱਕਿਆ ਤੇ ਇਕੱਲਾ ਆਪਣਾ ਸਿਰ ਝੁਕਾ ਦਿੱਤਾ। ਆਪਣਾ ਸਿਰ ਝੁਕਾ ਕੇ ਇੱਕਦਮ ਉਹ ਜਿਹੜੀ ਪੱਗ ਸੀ ਦੁਬਾਰਾ ਸਿਰ ਤੇ ਰੱਖ ਲਈ। ਅਕਬਰ ਸਾਹਮਣੇ ਵੇਖਦਾ ਪਿਆ ਸੀ, ਉਹ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ, ਆਹ ਕਿੱਦਾਂ ਦੀ ਸਲਾਮ ਹੋਈ? ਬਿਨਾਂ ਪੱਗ ਤੋਂ ਤੂੰ ਸਲਾਮ ਕੀਤੀ, ਪੱਗ ਨੂੰ ਤੂੰ ਉੱਤੇ ਚੱਕ ਲਿਆ, ਇਕੱਲਾ ਸਿਰ ਝੁਕਾਇਆ, ਮਾਜਰਾ ਕੀ? ਤੇ ਉਹ ਭਿਖਾਰੀ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਵੀ ਆਹ ਜਿਹੜੀ ਪੱਗ ਹੈ ਮਹਾਰਾਣਾ ਪ੍ਰਤਾਪ ਸਿੰਘ ਦੀ ਏ, ਇੱਕ ਦਿਨ ਮੈਨੂੰ ਜੰਗਲ ਵਿੱਚ ਟੱਕਰ ਗਿਆ ਤੇ ਮੈਂ ਉਹਦੇ ਕੋਲ ਕੁਝ ਮੰਗਿਆ, ਉਹ ਕਹਿੰਦਾ ਦੇਣ ਵਾਸਤੇ ਕੁਝ ਨਹੀਂ, ਤੇ ਉਹ ਕਹਿੰਦਾ ਮੇਰੇ ਸਿਰ ਦੀ ਪੱਗ ਲੈ ਜਾ, ਪਰ ਮੇਰੇ ਨਾਲ ਇੱਕ ਵਾਅਦਾ ਕਰੀ, ਮੇਰੀ ਪੱਗ ਬੰਨ੍ਹ ਕੇ ਸਿਰ ਨੂੰ ਕਿਸੇ ਅੱਗੇ ਝੁਕਾਈ ਨਾ। ਹੁਣ ਮੈਂ ਸੋਚਿਆ ਵੀ ਤੁਹਾਡੇ ਦਰਬਾਰ ਵਿੱਚ ਮੰਗਣ ਵਾਸਤੇ ਆਇਆ, ਜੇਕਰ ਮੈਂ ਸਿਰ ਝੁਕਾ ਦਿੱਤਾ, ਪੱਗ ਵੀ ਝੁਕੇਗੀ, ਵਾਅਦਾ ਟੁੱਟ ਜਾਏਗਾ, ਤੇ ਜੇਕਰ ਮੈਂ ਤੁਹਾਡੇ ਅੱਗੇ ਸਿਰ ਨਾ ਝੁਕਾਇਆ, ਤੁਹਾਡੀ ਬੇਇੱਜ਼ਤੀ, ਤੁਹਾਡੀ ਤੋਹੀਨ ਹੋਏਗੀ, ਨਾਲੇ ਮੈਨੂੰ ਖੈਰ ਨਹੀਂ ਪੈਣੀ, ਨਾਲੇ ਕੁਝ ਮੈਨੂੰ ਮਿਲਣਾ ਨਹੀਂ। ਇਸ ਕਰਕੇ ਮੈਂ ਸੋਚਿਆ ਮੈਂ ਇਕੱਲਾ ਆਪ ਦਾ ਸਿਰ ਹੀ ਝੁਕਾ ਦਿੰਦਾ ਵਾ, ਮਹਾਰਾਣਾ ਪ੍ਰਤਾਪ ਸਿੰਘ ਦੀ ਪੱਗ ਨਹੀਂ ਝੁਕਾਉਣੀ। ਇਸ ਕਰਕੇ ਪੱਗ ਨੂੰ ਚੱਕ ਲਿਆ, ਵਾਅਦਾ ਵੀ ਬਰਕਰਾਰ ਰਹਿ ਗਿਆ ਤੇ ਤੁਹਾਨੂੰ ਸਲਾਮ ਵੀ ਹੋ ਗਈ। ਬਾਦਸ਼ਾਹ ਬੜਾ ਖੁਸ਼ ਹੋਇਆ, ਕਹਿੰਦਾ ਵਾਕਿਆ ਹੀ
तेरे दिमाग ने काम किया। हुण वेखो एक भिखारी जिन्हों दस्तार की कीमत का मुल पता है, जिन्हों पता है भी मैं किसी नाल वादा किया पर खिमा करिया जी, अज सिख दे कोल भी गुरु गोबिंद सिंह सच्चे पातशाह का बख्शिया होया ताज जदू गुरु का सिख इस पग नूं बन के मणियां वसाणा कमरां उत्ते झुकांदा है, देहधारियां दे अगे झुकांदा है, मानो उन्हें जिहड़ा गुरु ग्रंथ साहिब की हजूरी विच वादा किया हुंदा उह वादा टुट जांदा है। जदों इस पग नूं आपां किसे देहधारी अगे कबर अगे मणि वसाण अगे झुका दिता, किसी बाबे दे पैरां विच झुका दिता, इह तां मतलब भी असीं पंज प्यारियां दे नाल अपने गुरु दे नाल गुरु पंथ नाल कीता होया वादा तोड़ दिता। सतगुर कृपा करन जेकर एक भिखारी नूं इन्नी कदर दा पता है भी किसे दी पग है वादा कीता नहीं चुकानी, ते कम से कम असीं भी हजूरी विच गुरु गोबिंद सिंह महाराज जी नाल पंज प्यारियां दे नाल गुरु ग्रंथ साहिब की हजूरी विच वादा करदे। अगली गल आ जाती है दस्तार की बेअदबी दी। आम करके जदों किते पंजाब दे विच किसे सिख की पग लाई जाए आपां कहने भी दस्तार की बेअदबी होगी, किसे सिख नूं पग ला के कुटिया जाए उनकी पग पैरां विच रोली जाए आपां कहने बेअदबी होगी, एयरपोर्ट ते जेकर किते पग लवाउण दा यतन किया जाए आपां कहने बेअदबी होगी। पर खिमा करिया जी जदों सिख आपस दे विच लड़दे ने एक दूजे दीआं पग्गां लांदे ने गुरु की हजूरी विच उदों बेअदबी किथे जांदी है। एक वचन पढ़ते रैतनामिया का, जो सिख सिख की पग लाहे सो तनखाइया, भी जेड़ा सिख हो करके दूजे सिख की पग लाएगा वह तनखाइया। जदों एक सिख दूजे सिख के केसा हाथ पाता वह ना समझे मैं दूजे के केसा हाथ पाया उन्हें गुरु गोबिंद सिंह की मोहर को हाथ पाया, क्योंकि केस गुरु की मोहर है। जदों एक सिख दूजे सिख की पग नूं हाथ पाता वह ना समझे मैं दूजे की पग नूं हाथ पाया उन्हें गुरु गोबिंद सिंह के ताज नूं हाथ पाया, क्योंकि आज जो दस्तार है साढ़े सिर का ताज गुरु गोबिंद सिंह सच्चे पातशाह का बख्शिया हुआ ताज। इस करके जदों सिख गुरु की हजूरी में लड़ते ने एक दूजे दियां पग्गां लांदे ने उदों बेअदबी कित्थे गई, दूजा कोई पग ला दे ते बेअदबी, ते जदों आपां किसे दी लाईए वह बेअदबी नहीं। सतगुर कृपा करन एक कमजोरी आ गई कि साडी कौम नूं चौधरा ने खा लिया। आ जिहड़ा चौधर पुणा है चौधरा ने साडी कौम नूं खा लिया। हुण वेखो आपां कहिंदे बेअदबी हो गई भी पुलिस बूटां दे समेत गुरुद्वारे विच एंटर होई, आपां कह दिंदे आ हुण कारण की है एंटर क्यों होई, सिख लड़े ते पुलिस आई, पहली बेअदबी किन्हां ने कीती, असां ने कीती, उन्हां दी ती ड्यूटी है, उन्हां दा ते फर्ज है, उन्हां ने ते कानून मुताबक अपनी कार्रवाई करनी है, उन्हां ने ते आना ही आना है, ते जेकर उन्हां नूं समझाइए भी तुसी बूट ला के आओ या नियम है ते ओह पुछ लैण भी सिखो लड़ाई करना गुरुद्वारे विच की सिखी का नियम है, वह सानू क्वेश्चन कर देन। इस करके सतगुर कृपा करन आपां कहने आ दस्तार दा सत्कार पहाड़ होए, पहला आप करिए फिर आपां दूजे नूं कहण जोगे होवांगे, जेकर असीं आप ही ना कीता फिर दूजे नूं कहण जोगे किदां होवांगे। अज एक लंबे समय तो मसला लटकदा आ रिहा फ्रांस के दस्तार का, उत्थे दस्तार ते पाबंदी लगी है भी सरकारी नौकरी दस्तार बन के नहीं हो सकती, स्कूलों के भी जोड़े बच्चे ने वो दस्तार बन के नहीं जा सकते। पिछे तकरीबन कोई 8-10 साल हो गए ने कानून उत्थे पास होया सी, हो सकता समा वाधी हो गया होए, ते वो जोड़े फ्रांस के सिख ने जदों जाहिर करते पे ने भी इत्थे सानू दस्तार बनण की सरकारी कामां विच सरकारी नौकरियां दे विच स्कूलों के विच साडे बच्चियां नू दस्तार बनण की आग्या परमिशन मिल जाए। एक पासे ते असीं चाहुंदे आ सत्कार होवे सत्कार पहाड़ होवे, ते इहदे वास्ते यतन करिए पहला असीं खुद दस्तार दा सत्कार पहाड़ करिए। गुरु गोबिंद सिंह सच्चे पातशाह ने जदों चमकौर दी गढ़ी छड्डी सी आपने इतिहास पढ़िया होना भी उन्होंने जोड़े ला दिते सन, जोड़े क्यों लाए सन, हजूर ने आख्या सी मैं तुरांगा ते जिथे मैं तुरना है राह दे विच लाशां विछियां ने, उन्हां लाशां दे विच मेरे सिख भी होणगे, उन्हां दे केस भी खुल्ले होणगे,
ਉਹਨਾਂ ਦੀਆਂ ਪੱਗਾਂ ਵੀ ਨੱਥੀਆਂ ਹੋਣਗੀਆਂ ਤੇ ਮੈਂ ਨਹੀਂ ਚਾਹੁੰਦਾ ਵੀ ਮੇਰੇ ਪੈਰਾਂ ਦੇ ਥੱਲੇ ਕਿਸੇ ਸਿਰ ਦੀ ਪੱਗ ਆਏ, ਕਿਸੇ ਸਿਰ ਦੇ ਕੇਸ ਆਣ। ਸਤਿਗੁਰਾਂ ਨੇ ਆਪਣਾ ਜੋੜਾ ਲਾ ਦਿੱਤਾ ਸੀ। ਆਹ ਹੈ ਸਤਿਕਾਰ ਦੀ ਇੱਕ ਮਿਸਾਲ। ਜੇਕਰ ਸਾਡਾ ਗੁਰੂ ਸਾਨੂੰ ਸਿਖਾਉਂਦਾ ਹੈ ਵੀ ਇਹਦਾ ਸਤਿਕਾਰ ਕਰਨਾ ਹੈ ਤੇ ਖਿਮਾ ਕਰਿਆ ਜੇ, ਸਾਨੂੰ ਵੀ ਇਤਿਹਾਸ ਤੋਂ ਕੁਝ ਸਿੱਖਣਾ ਚਾਹੀਦਾ ਹੈ। ਇਸ ਕਰਕੇ ਪਹਿਲੇ ਨੰਬਰ ਤੇ ਅਸੀਂ ਸਤਿਕਾਰ ਬਹਾਲ ਕਰੀਏ, ਅਸੀਂ ਗੁਰਦੁਆਰਿਆਂ ਵਿੱਚ ਸਤਿਕਾਰ ਬਹਾਲ ਕਰੀਏ, ਸਤਿਗੁਰਾਂ ਦੀ ਅਰਦਾਸ ਕਰੀਏ, ਚੌਧਰ ਦੀ ਭੁੱਖ ਤੋਂ ਬਚ ਜਾਈਏ। ਅੱਜ ਵੇਖਿਆ ਜਾਏ ਚੌਧਰ ਦੀ ਭੁੱਖ ਸਿੱਖਾਂ ਵਿੱਚ ਬਹੁਤ ਹੀ ਜ਼ਿਆਦਾ ਹੈ। ਜਿੱਥੇ ਪੰਜਾਂ ਸੱਤਾਂ ਦੀ ਨਹੀਂ ਬਣਦੀ ਉੱਥੇ ਗੁਰਦੁਆਰਾ ਦੂਜਾ ਖੁੱਲ੍ਹਿਆ ਜਾਂਦਾ ਹੈ। ਹੁਣ ਵੇਖੋ ਪੂਰੇ ਵਰਲਡ ਵਿੱਚ ਤਕਰੀਬਨ 50,000 ਤੋਂ ਜ਼ਿਆਦਾ ਗੁਰਦੁਆਰੇ ਨੇ। ਜਿੱਥੇ ਲੋੜ ਹੈ ਉੱਥੇ ਤੇ ਗੁਰਦੁਆਰਾ ਬਣਨਾ ਚਾਹੀਦਾ, ਪਰ ਕਿਮਾ ਕਰਿਆ ਜੇ ਅੱਜ ਸਿੱਖਾਂ ਨੇ ਲੋੜ ਤੋਂ ਵੱਧ ਗੁਰਦੁਆਰੇ ਬਣਾ ਲਏ ਨੇ। ਲੋੜ ਤੋਂ ਵੱਧ ਇੱਕ ਪਿੰਡ ਵਿੱਚ 7-7 ਗੁਰਦੁਆਰੇ, 10-10 ਗੁਰਦੁਆਰੇ ਨੇ। ਹੁਣ ਵੇਖੋ ਇੱਕ ਪਿੰਡ ਹੈ ਤੇ 10 ਗੁਰਦੁਆਰੇ ਨੇ। ਅਸੀਂ ਜ਼ਾਤਾਂ ਦੇ ਆਧਾਰ ਦੇ ਉੱਤੇ ਗੁਰਦੁਆਰੇ ਬਣਾ ਲਏ, ਆਪਣੀ ਚੌਧਰ ਦੀ ਭੁੱਖ ਪੂਰੀ ਕਰਨ ਵਾਸਤੇ ਗੁਰਦੁਆਰੇ ਬਣਾ ਲਏ। ਲੋੜ ਨਹੀਂ, ਜਿੱਥੇ ਲੋੜ ਹੈ ਉੱਥੇ ਤੇ ਖੋਲਿਆ ਜਾਏ, ਪਰ ਜਿੱਥੇ ਲੋੜ ਨਹੀਂ ਉੱਥੇ ਕੀ ਲੋੜ ਹੈ। ਅੱਜ ਚਾਹੀਦਾ ਵੀ ਸਿੱਖ ਥਾਂ ਥਾਂ ਤੇ ਸਕੂਲ ਖੋਲ੍ਹਣ। ਅੱਜ ਸਕੂਲਾਂ ਦੀ ਲੋੜ ਹੈ ਪੰਜਾਬ ਦੀ ਧਰਤੀ ਤੇ। ਚਾਹੀਦਾ ਵੀ ਅੱਜ ਸਿੱਖ ਆਪਣੀ ਯੂਨੀਵਰਸਿਟੀ ਕੋਈ ਖੋਲ੍ਹਣ, ਸਕੂਲ ਖੋਲ੍ਹਣ, ਆਪਣੇ ਕਾਲਜ ਖੋਲ੍ਹਣ, ਜਿੰਦੀ ਲੋੜ ਹੈ ਸਤਿਗੁਰ ਕਿਰਪਾ ਕਰਨ। ਅਸੀਂ ਅਰਦਾਸ ਕਰੀਏ ਕਿਉਂਕਿ ਸਾਹਿਬ ਨੇ ਆਖਿਆ ਹਉਮੈ ਦੀਰਘ ਰੋਗ ਹੈ, ਦਾਰੂ ਭੀ ਸਮਾਏ ਹੰਕਾਰ ਬਹੁਤ ਵੱਡਾ ਰੋਗ ਹੈ। ਅੱਜ ਕੱਲ੍ਹ ਜਿਹੜੀ ਲੜਾਈ ਉਹ ਕੇਵਲ ਤਾਂ ਕੇਵਲ ਹੰਕਾਰ ਦੀ ਲੜਾਈ ਹੈ, ਈਗੋ ਦੀ ਲੜਾਈ ਹੈ। ਉਹ ਜਦੋਂ ਲੜਾਈ ਪੂਰੀ ਨਹੀਂ ਹੁੰਦੀ ਬੰਦਾ ਹੋਰ ਕੋਈ ਨੁਕਤਾ ਅਪਣਾ ਲੈਂਦਾ ਹੈ। ਸਤਿਗੁਰ ਕਿਰਪਾ ਕਰਨ ਨਵਾਬ ਕਪੂਰ ਸਿੰਘ ਨੂੰ ਚੇਤਾ ਕਰ ਲਿਆ ਕਰੀਏ। ਨਵਾਬ ਕਪੂਰ ਸਿੰਘ ਜਦੋਂ ਨਵਾਬੀ ਭੇਜੀ ਜ਼ਕਰੀਏ ਖਾਨ ਨੇ ਲਾਹੌਰ ਤੋਂ ਵੀ ਨਵਾਬੀ ਪ੍ਰਵਾਨ ਕਰੋ, ਤੇ ਸਿੱਖਾਂ ਨੇ ਲੱਤ ਮਾਰ ਦਿੱਤੀ। ਸਿੱਖਾਂ ਨੇ ਆਖਿਆ ਸਾਨੂੰ ਨਵਾਬੀ ਦੀ ਕੋਈ ਲੋੜ ਨਹੀਂ। ਉਹ ਵੀ ਸਿੱਖ ਸਨ ਵੀ ਜਿਹੜੇ ਨਵਾਬੀ ਨੂੰ ਲੱਤਾਂ ਮਾਰਦੇ ਨੇ, ਕੁਰਸੀ ਨੂੰ ਲੱਤਾਂ ਮਾਰਦੇ ਨੇ। ਪਰ ਹਾਰ ਕੇ ਜਦੋਂ ਜ਼ੋਰ ਪਾਇਆ ਗਿਆ ਸੀ ਵੀ ਆਹ ਪੇਸ਼ਕਸ਼ ਤੁਸੀਂ ਪ੍ਰਵਾਨ ਕਰੋ, ਤੇ ਨਵਾਬ ਕਪੂਰ ਸਿੰਘ ਨੂੰ ਆਖਿਆ ਗਿਆ ਜਿਹੜਾ ਪੱਖਾ ਚੱਲਦਾ ਪਿਆ ਸੀ ਵੀ ਤੁਸੀਂ ਆ ਨਵਾਬੀ ਪ੍ਰਵਾਨ ਕਰੋ। ਤੇ ਕਪੂਰ ਸਿੰਘ ਨੇ ਸ਼ਰਤ ਰੱਖੀ ਸੀ, ਕਹਿੰਦਾ ਵੀ ਮੈਂ ਤਾਂ ਨਵਾਬੀ ਪ੍ਰਵਾਨ ਕਰਾਂਗਾ ਜੇਕਰ ਮੇਰੇ ਤੋਂ ਸੇਵਾ ਨਾ ਕੋਈ ਜਾਏ। ਮੈਂ ਘੋੜੀਆਂ ਦੀ ਲਿਦ ਚੁੱਕਣ ਦੀ ਸੇਵਾ ਕਰਦਾ ਵਾਂ, ਨਵਾਬੀ ਤੁਸੀਂ ਦੇ ਦੇਵੋਗੇ। ਪੰਜ ਪਿਆਰੇ ਪਹਿਲਾਂ ਪੰਜ ਸਿੱਖ ਆਪਣੇ ਪੈਰ ਸੁਹਾਣ ਇਸ ਪੁਸ਼ਾਕ ਨੂੰ, ਖਿਲਤ ਨੂੰ, ਫਿਰ ਮੈਂ ਆਹ ਪ੍ਰਵਾਨ ਕਰਾਂਗਾ, ਪਲੱਸ ਪੱਖਾ ਝਲਣ ਦੀ ਸੇਵਾ ਵੀ ਕਰਾਂਗਾ ਤੇ ਘੋੜੀਆਂ ਦੀ ਲਿਦ ਸੁੱਟਣ ਦੀ ਸੇਵਾ ਵੀ ਮੈਂ ਕਰਾਂਗਾ। ਆਹ ਸੇਵਾ ਮੇਰੇ ਤੋਂ ਖੋਈ ਨਾ ਜਾਵੇ ਤਾਂ ਮੈਂ ਨਵਾਬੀ ਪ੍ਰਵਾਨ ਕਰਾਂਗਾ। ਹੁਣ ਵੇਖੋ ਉਹ ਵੀ ਨਵਾਬ ਕਪੂਰ ਸਿੰਘ ਹੈ ਜਿਹੜਾ ਕਹਿੰਦਾ ਮੈਨੂੰ ਸੇਵਾ ਪਹਿਲੇ ਨੰਬਰ ਤੇ ਹੈ, ਮੇਰੇ ਲਈ ਨਵਾਬੀ ਬਾਅਦ ਵਿੱਚ, ਕੁਰਸੀ ਬਾਅਦ ਵਿੱਚ, ਅਹੁਦਾ ਬਾਅਦ ਵਿੱਚ। ਪ੍ਰਚਿਮਾ ਕਰਿਆ ਜੀ ਅੱਜ ਦਾ ਸਿੱਖ ਵੀ ਜਿਹੜਾ ਕਹਿੰਦਾ ਅਹੁਦਾ ਪਹਿਲੇ ਨੰਬਰ ਤੇ, ਕੁਰਸੀ ਪਹਿਲੇ ਨੰਬਰ ਤੇ ਹੈ, ਸੇਵਾ ਬਾਅਦ ਵਿੱਚ ਹੈ। ਸਤਿਗੁਰ ਕਿਰਪਾ ਕਰਨ। ਨਵਾਬੀ ਪੈਰਾਂ ਦੇ ਵਿੱਚ ਰੁਲਦੀ ਹੈ ਜਦੋਂ ਅਸਲੀ ਅਰਥਾਂ ਦੇ ਵਿੱਚ ਕੋਈ ਸਿੱਖ ਸੇਵਾਦਾਰ ਬਣ ਜਾਏ, ਅਸਲੀ ਅਰਥਾਂ ਦੇ ਵਿੱਚ ਕੋਈ ਸਿੱਖ ਸੇਵਾਦਾਰ ਬਣ ਜਾਏ। ਇਸ ਕਰਕੇ ਵਿਸ਼ੇ ਦੇ ਵਲਾਵਾਂ ਦਸਤਾਰ ਦੀ ਗੱਲ ਚੱਲਦੀ ਪਈ ਸੀ। ਅੱਜ ਵੇਖਣ ਦੇ ਵਿੱਚ ਆਉਂਦਾ ਵੀ ਦਸਤਾਰ ਦੀ ਬੇਅਦਬੀ ਵੀ ਹੁੰਦੀ ਹੈ, ਪਰ ਖਿਮਾ ਕਰਿਆ ਜੀ ਕਰਨ ਵਾਲੇ ਸਾਡੇ ਆਪਣੇ ਵੀ ਜ਼ਿਆਦਾ ਨੇ। ਅਸੀਂ ਆਪ ਬਹਾਲ ਕਰਾਂਗੇ ਸਤਿਕਾਰ ਤੇ ਤਾਂ ਕਿਤੇ ਜਾ ਕਰਕੇ ਦੂਜੇ ਵੀ ਕਰਾਂਗੇ। ਅਗਲੀ ਗੱਲ, ਦਸਤਾਰ ਸਾਡਾ ਪਹਿਚਾਣ ਦਾ ਚਿੰਨ੍ਹ ਵੀ ਸੀ, ਸਾਡੀ ਸਰਦਾਰੀ ਸੀ। ਇੱਕ ਕਵੀ ਕਹਿੰਦਾ ਐਵੇਂ ਦੇ ਲੋਕ ਸਾਨੂੰ ਸਰਦਾਰ ਕਹਿੰਦੇ, ਸਿਰ ਦੇਖ ਕੇ ਲਈਆਂ ਸਰਦਾਰੀਆਂ ਨੇ। ਆਹ ਸਰਦਾਰੀ ਸਿਰ ਦੇਖ ਕੇ ਲਈ ਹੋਈ ਹੈ। ਹੁਣ ਵੇਖੋ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੱਖ ਵਿਚਰਦੇ ਨੇ, ਕਈ ਦਫ਼ਾ ਉਹਨਾਂ ਨੂੰ ਨਸਲਵਾਦ ਦਾ ਸ਼ਿਕਾਰ ਹੋਣਾ ਪੈਂਦਾ ਹੈ। ਜਦੋਂ ਅਮਰੀਕਾ ਦੇ ਉੱਤੇ ਹਮਲਾ ਹੋਇਆ 9/11 ਦਾ, ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਲੋਕ ਮਰੇ ਨੇ, ਬਾਅਦ ਵਿੱਚ ਬੜੇ ਲੋਕ ਨਸਲਵਾਦ ਦਾ ਸ਼ਿਕਾਰ ਹੋਏ। ਨਸਲਵਾਦ ਦਾ ਸ਼ਿਕਾਰ ਇਕੱਲੇ ਮੁਸਲਮਾਨ ਨਹੀਂ ਹੋਏ, ਬੜੇ ਸਿੱਖ ਵੀ ਹੋਏ ਸਨ। ਬੜੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਖਤਮ ਕੀਤਾ ਗਿਆ। ਹੁਣ ਵੇਖੋ ਅੱਜ ਤੱਕ ਅਸੀਂ ਵਰਲਡ ਲੈਵਲ ਦੇ ਉੱਤੇ ਆਪਣੇ ਆਪ ਨੂੰ ਪ੍ਰਜੈਂਟ ਨਹੀਂ ਕਰ ਪਾਏ ਵੀ ਅਸੀਂ ਕੌਣ ਹਾਂ। ਸਾਨੂੰ ਚਾਹੀਦਾ ਸੀ ਵੀ ਅਸੀਂ ਦੁਨੀਆ ਨੂੰ ਦੱਸਦੇ ਵੀ ਅਸੀਂ ਸਿੱਖ ਹਾਂ। ਪਿੱਛੇ ਜੇ ਰਿਪੋਰਟ ਆਈ, ਅੱਜ ਵੀ ਅਮਰੀਕਾ ਦੇ ਵਿੱਚ 70% ਲੋਕਾਂ ਨੂੰ ਨਹੀਂ ਪਤਾ ਵੀ ਸਿੱਖ ਕੌਣ ਨੇ। 70% ਲੋਕਾਂ ਨੂੰ ਨਹੀਂ ਪਤਾ ਵੀ ਸਿੱਖ ਕੌਣ ਨੇ। ਬਾਬਾ ਨਾਨਕ ਪੂਰੀ ਦੁਨੀਆ ਦਾ ਚੱਕਰ ਲਾ ਕਰਕੇ ਆਉਂਦਾ, ਸੱਚ ਦਾ ਹੁਕਮ ਦਿੰਦਾ,
ਘਰ ਘਰ ਜਾ ਕਰਕੇ ਬਾਬੇ ਨਾਨਕ ਨੇ ਆਪਣੇ ਸਿਧਾਂਤ ਨੂੰ ਪਹੁੰਚਾਇਆ। 35,000 ਦਾ ਸਫ਼ਰ ਕੀਤਾ ਗੁਰੂ ਨਾਨਕ ਸਾਹਿਬ ਤੋਂ ਸਿੱਖ ਲਈਏ, ਉਸ ਵਕਤ ਕੋਈ ਇੰਨੇ ਸਾਧਨ ਵੀ ਨਹੀਂ ਸਨ, ਪਰ ਬਾਬੇ ਨਾਨਕ ਨੇ ਸੱਚ ਦਾ ਹੋਕਾ ਦੁਨੀਆਂ ਵਿੱਚ ਦਿੱਤਾ। ਅੱਜ ਸਾਡੇ ਕੋਲ ਸਾਧਨ ਬੜੇ ਨੇ, ਇਸ ਕਰਕੇ ਅਸੀਂ ਵਰਲਡ ਲੈਵਲ ਦੇ ਉੱਤੇ ਆਪਣੇ ਆਪ ਨੂੰ ਪ੍ਰਜੈਂਟ ਕਰ ਪਾਈਏ ਵੀ ਅਸੀਂ ਸਿੱਖ ਹਾਂ, ਕਿਉਂਕਿ ਉਹ ਭੁਲੇਖਾ ਖਾਂਦੇ ਨੇ। ਮੁਸਲਮਾਨਾਂ ਦੇ ਵਿੱਚ ਵੀ ਦਸਤਾਰ ਬੰਨ੍ਹਦੇ ਨੇ, ਉਹਨਾਂ ਦੇ ਜਿਹੜੇ ਪਠਾਨ ਨੇ ਜਿਹੜੇ ਅਫਗਾਨਿਸਤਾਨ ਦੇ, ਕੁਝ ਇੱਦਾਂ ਦਾ ਪਹਿਰਾਵਾ ਰੱਖਦੇ ਨੇ ਵੀ ਉਹ ਵੀ ਦਸਤਾਰ ਬੰਨ੍ਹਦੇ ਨੇ, ਦਾੜੀ ਰੱਖਦੇ ਨੇ, ਅਤੇ ਦੂਰੋਂ ਭੁਲੇਖਾ ਪੈ ਜਾਂਦਾ ਵੀ ਆਹ ਸਿੱਖ ਹੈ। ਗੋਰੀਆਂ ਨੂੰ ਇੱਦਾਂ ਹੀ ਭੁਲੇਖਾ ਪੈਂਦਾ ਵੀ ਆਹ ਮੁਸਲਮਾਨ ਹੈ। ਹੁਣ ਸਾਨੂੰ ਵੇਖਦੇ ਨੇ, ਸਾਨੂੰ ਵੀ ਕਈ ਵਾਰੀ ਪਾਕੀ ਕਹਿ ਦਿੰਦੇ ਨੇ। ਪਿੱਛੇ ਜੇ ਹੁਣੇ ਉਹ 5-7 ਦਿਨ ਹੋ ਗਏ ਇੰਗਲੈਂਡ ਦੇ ਵਿੱਚ ਵਿੰਸਫੀਲਡ ਗੁਰਦੁਆਰਾ, ਉਹਦੇ ਗੇਟ 'ਤੇ ਕੰਧ 'ਤੇ ਕੋਈ ਲਿਖ ਕੇ ਚਲਾ ਗਿਆ ਪਾਕੀ। ਹੁਣ ਦੇਖੋ ਅਸੀਂ ਦਾਸ ਨਹੀਂ ਪਾਏ, ਇਸ ਕਰਕੇ ਉਹ ਵੀ ਲੋਕ ਸਾਨੂੰ ਮੁਸਲਮਾਨ ਸਮਝਦੇ ਨੇ। ਅਸੀਂ ਪ੍ਰੇਰੀਏ ਆਪਣੇ ਬੱਚਿਆਂ ਨੂੰ, ਜਦੋਂ ਸਕੂਲ ਜਾਣ ਪੱਗ ਬੰਨ੍ਹ ਕੇ ਗੋਰੇ ਪੁੱਛਣ ਵੀ ਆ ਪੱਗ ਕਿਉਂ ਬੰਨੀ, ਸਾਡੇ ਬੱਚੇ ਦਸਤਾਰ ਦੀ ਮਹਾਨਤਾ ਦੱਸ ਸਕਣ। ਅਸੀਂ ਕੰਮਾਂ 'ਤੇ ਪੱਗ ਬੰਨ੍ਹ ਕੇ ਜਾਈਏ, ਪੁੱਛਣ ਵੀ ਆ ਕਿਉਂ ਬੰਨਦੇ ਹੋ। ਅਸੀਂ ਗੋਰਿਆਂ ਨੂੰ ਦੱਸੀਏ, ਦੂਜੇ ਧਰਮਾਂ ਵਾਲਿਆਂ ਨੂੰ ਦੱਸੀਏ, ਸਾਡੇ ਬੱਚੇ ਯੂਨੀਵਰਸਿਟੀਆਂ ਦੇ ਵਿੱਚ ਪੱਗਾਂ ਬੰਨ੍ਹ ਕੇ ਜਾਣ, ਜਦੋਂ ਕੋਈ ਪੁੱਛੇ ਵੀ ਆ ਕੀ ਸਿਰ 'ਤੇ ਬੰਨਿਆ, ਅਸੀਂ ਦੱਸ ਸਕੀਏ। ਜਦੋਂ ਸਾਡੇ ਬੱਚੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਦਸਤਾਰਾਂ ਬੰਨ੍ਹ ਕੇ ਜਾਣਗੇ, ਐਸੀ ਬੰਨ੍ਹ ਕੇ ਜਾਵਾਂਗੇ, ਫਿਰ ਇੱਕ ਵੱਖਰੀ ਪਹਿਚਾਣ ਕਾਇਮ ਹੋਏਗੀ। ਹੁਣ ਦੇਖੋ ਕੈਨੇਡਾ ਦੇ ਵਿੱਚ ਸਿੱਖਾਂ ਨੇ ਪ੍ਰਾਪਤੀ ਕੀਤੀ ਵੀ ਸੱਜਣ ਸਿੰਘ ਮੰਤਰੀ ਬਣ ਗਿਆ, ਡਿਫੈਂਸ ਮੰਤਰੀ ਬਣ ਗਿਆ, ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਸ ਕਰਕੇ ਸਤਿਗੁਰ ਕਿਰਪਾ ਕਰਨ, ਮਿਹਰਾਮਤ ਕਰਨ, ਇਮਾਨਦਾਰੀ ਦੇ ਨਾਲ ਧਰਮ ਦੇ ਪ੍ਰਤੀ ਅਸੀਂ ਇਮਾਨਦਾਰ ਹੋ ਜਾਈਏ, ਚੌਧਰ ਪੁਣਾ ਛੱਡ ਦੀਏ, ਆਹ ਜਿਹੜੀ ਵਡਿਆਈ ਦੀ ਭੁੱਖ ਹੈ ਇਹਨੂੰ ਛੱਡ ਦੀਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਨਕ ਦੁਨੀਆਂ ਕੀਆਂ ਵਡਿਆਈਆਂ ਅਗੀ ਸੇਤੀ ਜਾਲ, ਇਹਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀਆਂ ਨਾਲ। ਗੁਰੂ ਗ੍ਰੰਥ ਸਾਹਿਬ ਕਹਿੰਦੇ ਦੁਨਿਆਵੀ ਵਡਿਆਈ ਦੀ ਭੁੱਖ ਛੱਡ ਦੇ, ਇਹਦੇ ਵਿੱਚ ਤੇਰਾ ਨੁਕਸਾਨ ਹੀ ਨੁਕਸਾਨ ਹੈ, ਇੱਕ ਵੀ ਵਡਿਆਈ ਤੇਰੇ ਨਾਲ ਨਹੀਂ ਡਰੇ। ਇਸ ਕਰਕੇ ਆਪਣੇ ਹੰਕਾਰ ਤੋਂ ਉੱਚਾ ਉੱਠ ਕੇ, ਵਡਿਆਈ ਦੀ ਭੁੱਖ ਤੋਂ ਉੱਚਾ ਉੱਠ ਕੇ, ਚੌਧਰ ਦੀ ਭੁੱਖ ਤੋਂ ਉੱਚਾ ਉੱਠ ਕੇ ਕੁਝ ਧਰਮ ਬਾਰੇ ਸੋਚੀਏ, ਕਿਉਂਕਿ ਜਿਸ ਗੁਰੂ ਨੇ ਸਾਡੀ ਖਾਤਰ ਸਰਬੰਸ ਵਾਰਿਆ ਹੋਏ ਅਤੇ ਉਸ ਗੁਰੂ ਦੇ ਅਸੀਂ ਦੇਣਦਾਰ ਹੋਈਏ, ਪਰ ਕਰੀਏ ਕੁਝ ਨਾ। ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੇ ਤੋਂ ਕੁਝ ਨਹੀਂ ਮੰਗਦੇ। ਗੁਰੂ ਨਾ ਸਾਨੂੰ ਕਹਿੰਦਾ ਵੀ ਤੂੰ ਸੋਨਾ ਚੜ੍ਹਾ ਮੇਰੇ ਦਰ 'ਤੇ, ਪੈਸਾ ਚੜ੍ਹਾ, ਅੰਨ ਚੜ੍ਹਾ। ਗੁਰੂ ਕਹਿੰਦਾ ਮੈਨੂੰ ਕੁਝ ਵੀ ਨਹੀਂ ਚਾਹੀਦਾ, ਬਸ ਜਦੋਂ ਤੂੰ ਮੇਰੇ ਦਰ 'ਤੇ ਆਏ, ਤੇਰੇ ਹੱਥਾਂ ਦੇ ਵਿੱਚ ਜਿਸ ਬੱਚੇ ਦੀ ਉਂਗਲ ਹੋਵੇ ਉਹਦੇ ਵਿੱਚ ਮੈਨੂੰ ਆਪਣਾ ਅਜੀਤ ਸਿੰਘ ਨਜ਼ਰ ਆਉਣਾ ਚਾਹੀਦਾ, ਉਹਦੇ ਵਿੱਚ ਮੈਨੂੰ ਆਪਣਾ ਜੁਝਾਰ ਸਿੰਘ ਨਜ਼ਰ ਆਉਣਾ ਚਾਹੀਦਾ, ਉਹਦੇ ਵਿੱਚ ਮੈਨੂੰ ਆਪਣਾ ਫਤਿਹ ਸਿੰਘ ਨਜ਼ਰ ਆਉਣਾ ਚਾਹੀਦਾ, ਬਸ ਮੈਂ ਤੇਰੇ ਤੋਂ ਇਹੀ ਮੰਗਦਾ ਵਾਂ। ਸਤਿਗੁਰ ਕਿਰਪਾ ਕਰਨ, ਬੱਚਿਆਂ ਨੂੰ ਸੰਭਾਲੀਏ, ਆਪਦੀ ਪਨੀਰੀ ਨੂੰ ਸੰਭਾਲੀਏ। ਬਾਬਾ ਫਰੀਦ ਸਾਹਿਬ ਦੇ ਸਲੋਕਾਂ ਦੀ ਕਥਾ ਹੋ ਰਹੀ ਹੈ, ਉਹ ਸਾਖੀ ਸਾਰਿਆਂ ਨੂੰ ਯਾਦ ਹੈ। ਪਹਿਲੇ ਦਿਨ ਵੀ ਅਰਜ਼ ਕੀਤੀ ਸੀ, ਬਾਬੇ ਫਰੀਦ ਦੀ ਮਾਂ ਨੇ ਕਿੱਦਾਂ ਜੋੜਿਆ ਸੀ ਸ਼ੱਕਰ ਦਾ ਲਾਲਚ ਦੇ ਕਰਕੇ, ਅੱਜ ਵੀ ਬੱਚਿਆਂ ਨੂੰ ਜੋੜ ਸਕਦੇ ਹਾਂ। ਮਾਵਾਂ ਨੂੰ ਪ੍ਰੇਰੀਏ, ਮਾਂ ਦਾ ਪਹਿਲਾ ਫਰਜ਼ ਬਣਦਾ ਹੈ। ਜੇਕਰ ਮਾਂ ਆਪ ਗੁਰਦੁਆਰੇ ਜਾਂਦੀ ਤਾਂ ਹੀ ਬੱਚੇ ਨੂੰ ਆਖੇਗੀ ਬੱਚਿਆ ਚੱਲ ਗੁਰਦੁਆਰੇ, ਜੇਕਰ ਮਾਂ ਆਪ ਹੀ ਨਹੀਂ ਜਾਂਦੀ ਤੇ ਬੱਚੇ ਨੂੰ ਕਿਵੇਂ ਕਹੇਗੀ। ਜੇਕਰ ਆਪ ਹੀ ਮਾਂ ਬਿਊਟੀ ਪਾਰਲਰ ਤੇ ਜਾ ਰਹੀ ਤੇ ਖਿਮਾ ਕਰਿਆ, ਜੇ ਬੱਚਾ ਕਿਵੇਂ ਗੁਰਦੁਆਰੇ ਆ ਸਕਦਾ, ਉਹ ਨਾ ਹੀ ਦੁਕਾਨ ਤੋਂ ਕਿਵੇਂ ਬਚ ਸਕਦਾ। ਸਤਿਗੁਰ ਕਿਰਪਾ ਕਰਨ, ਮਾਵਾਂ ਫਰਜ਼ ਪਹਿਚਾਨਣ। ਬਾਬੇ ਫਰੀਦ ਦੀ ਮਾਂ ਨੇ ਸ਼ੱਕਰ ਦਾ ਲਾਲਚ ਦੇ ਕਰਕੇ ਰੱਬ ਦੇ ਨਾਲ ਜੋੜ ਦਿੱਤਾ ਸੀ, ਅਸੀਂ ਵੀ ਬੱਚਿਆਂ ਨੂੰ ਲਾਲਚ ਦਈਏ। ਬੱਚਿਆ ਤੂੰ ਜਪਜੀ ਸਾਹਿਬ ਦਾ ਸਵੇਰੇ ਉੱਠ ਕੇ ਪਾਠ ਕਰਿਆ ਕਰ, ਮੂਲ ਮੰਤਰ ਦਾ ਪਾਠ ਕਰਿਆ ਕਰ, ਤੈਨੂੰ ਮੈਂ ਚੋਕਲੇਟ ਦੇਵਾਂਗੀ। ਤੂੰ ਸ਼ਾਮ ਨੂੰ ਸੋਧਰ ਬਾਣੀ ਪੜਿਆ ਕਰ, ਮੈਂ ਤੈਨੂੰ ਚੋਕਲੇਟ ਦੇਵਾਂਗੀ। ਤੂੰ ਰਾਤ ਨੂੰ ਸੋਲਾ ਸਾਹਿਬ ਪੜਿਆ ਕਰ, ਮੈਂ ਤੈਨੂੰ ਖਾਣ ਵਾਸਤੇ ਆਹ ਦੇਵਾਂਗੀ। ਬੱਚਿਆਂ ਨੂੰ ਲਾਲਚ ਦੇ ਕਰਕੇ ਜੋੜਿਆ ਜਾ ਸਕਦਾ ਹੈ। ਅੱਜ ਮਾਵਾਂ ਸੁਚੇਤ ਹੋਣ। ਆਪਾਂ ਵੇਖਦੇ ਹਾਂ ਘਰ ਵਿੱਚ ਤਸਵੀਰਾਂ ਲੱਗੀਆਂ ਹੁੰਦੀਆਂ ਨੇ, ਕੋਈ ਕਾਰ ਦੀ ਲੱਗੀ ਤਸਵੀਰ, ਕੋਈ ਕਿਸੇ ਅਜੂਬੇ ਦੀ ਤਸਵੀਰ ਲੱਗੀ ਹੈ। ਘਰ ਦੇ ਵਿੱਚ ਤਸਵੀਰ ਲੱਗੀ ਹੋਈ ਭਾਈ ਕਾਲੂ ਸਿੰਘ ਦੀ, ਮੈਂ ਤਸਵੀਰਾਂ ਜੋ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਨੇ ਉਹਦੇ ਹੱਕ ਵਿੱਚ ਬਿਲਕੁਲ ਨਹੀਂ, ਉਹ ਤੇ ਇੱਕ ਸਿੱਧੀ ਮੂਰਤੀ ਪੂਜਾ ਹੈ, ਪਰ ਸ਼ਹੀਦਾਂ ਦੀਆਂ ਤਸਵੀਰਾਂ ਬਣਾਈਆਂ ਜਾ ਸਕਦੀਆਂ ਨੇ, ਗੁਰੂ ਦੀ ਨਹੀਂ ਬਣਾਈ ਜਾ ਸਕਦੀ, ਗੁਰਮੂਰਤ ਗੁਰ ਸ਼ਬਦ ਹੈ। ਘਰ ਦੇ ਵਿੱਚ ਤਸਵੀਰ ਲੱਗੀ ਹੋਏ ਭਾਈ ਤਾਰੂ ਸਿੰਘ ਦੀ, ਬੱਚਾ ਪੁੱਛੇ ਮਾਂ ਕੌਣ ਏ ਜਿਹਦੀ ਖੋਪੜੀ ਲਾਈ ਜਾ ਰਹੀ। ਮਾਂ ਨੂੰ ਇਤਿਹਾਸ ਬਾਰੇ ਪਤਾ ਹੋਏ, ਮਾਂ ਆਖੇ ਬੱਚਿਆ ਵੀ ਆ ਤਾਰੂ ਸਿੰਘ।
ਇਹਨੇ ਧਰਮ ਨਹੀਂ ਛੱਡਿਆ ਪਰ ਖੋਪੜੀ ਲਵਾ ਲਈ। ਘਰ ਵਿੱਚ ਤਸਵੀਰ ਲੱਗੀ ਹੋਈ ਭਾਈ ਮਨੀ ਸਿੰਘ ਦੀ, ਬੱਚਾ ਪੁੱਛੇ ਮਾਂ ਨੂੰ ਵੀ ਅੱਜ ਤਾਂ ਬੰਦ ਬੰਦ ਕੱਟਿਆ ਜਾ ਰਿਹਾ ਕੌਣ ਹੈ, ਤੇ ਮਾਂ ਆਖੇ ਵੀ ਆਹ ਮਨੀ ਸਿੰਘ ਹੈ, ਧਰਮ ਨਹੀਂ ਛੱਡਿਆ ਬੰਦ ਬੰਦ ਕਟਵਾਉਣਾ ਇਹਨੇ ਪ੍ਰਵਾਨ ਕਰ ਲਿਆ। ਘਰ ਦੇ ਵਿੱਚ ਤਸਵੀਰ ਲੱਗੀ ਹੋਏ ਸ਼ਹਿਬਾਜ ਸਿੰਘ ਸੁਵੇਗ ਸਿੰਘ ਦੀ, ਤੇ ਬੱਚਾ ਪੁੱਛੇ ਮਾਂ ਕੌਣ ਹੈ ਜਿਹੜੇ ਤਿੜਕਣੀਆਂ ਤੇ ਚੜੇ ਹੋਏ ਨੇ, ਤੇ ਮਾਂ ਆਖੇ ਵੀ ਆਹ ਸ਼ਹਿਬਾਜ ਸਿੰਘ ਤੇ ਸੁਵੇਗ ਸਿੰਘ ਹੈ ਜਿਨ੍ਹਾਂ ਨੇ ਧਰਮ ਨਹੀਂ ਛੱਡਿਆ ਪਰ ਤਿੜਕਣੀਆਂ ਤੇ ਚੜਨਾ ਪ੍ਰਵਾਨ ਕਰ ਲਿਆ। ਉਹੀ ਬੱਚਾ ਇੱਕ ਦਿਨ ਮਾਂ ਨੂੰ ਪੁੱਛੇਗਾ, ਮਾਂ ਮੈਨੂੰ ਅੰਮ੍ਰਿਤ ਕਦੋਂ ਛਕਾਉਣਾ, ਮਾਂ ਮੈਨੂੰ ਅੰਮ੍ਰਿਤ ਕਦੋਂ ਛਕਾਉਣਾ। ਇਸ ਕਰਕੇ ਮਾਵਾਂ ਸੁਚੇਤ ਹੋਣ, ਮਾਵਾਂ ਫਰਜ਼ ਪਹਿਚਾਨਣ, ਅਸੀਂ ਸੁਚੇਤ ਹੋਈਏ, ਆਪਦੇ ਧਰਮ ਦੇ ਪ੍ਰਤੀ ਵਫ਼ਾਦਾਰ ਹੋਈਏ। ਸਤਿਗੁਰ ਕਿਰਪਾ ਕਰਨ। ਬਾਬੇ ਫਰੀਦ ਦੇ ਸਲੋਕ ਦੀ ਵਿਚਾਰ ਸ਼ੁਰੂ ਹੋਈ ਸੀ, ਦਸਤਾਰ ਤੋਂ ਗੱਲ ਸ਼ੁਰੂ ਹੋਈ ਸੀ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ। ਬਾਬਾ ਫਰੀਦ ਸਿੰਘ ਕਹਿੰਦੇ ਸਿਰ ਤੇ ਪੱਗ ਬੰਨੀ ਤੁਰਦਾ ਜਾ ਰਿਹਾ ਹਾਂ, ਤੇ ਇੱਕ ਭਰ ਦੇ ਵੀ ਕਿਤੇ ਮਿੱਟੀ ਘੱਟੇ ਨਾ ਮੈਲੀ ਨਾ ਹੋ ਜਾਏ। ਪਰ ਕਹਿੰਦੇ ਇਸ ਜਿੰਦ ਨੂੰ ਪਤਾ ਨਹੀਂ, ਜਦੋਂ ਆਹ ਸਰੀਰ ਡੈਡ ਹੋਏਗਾ ਮਰੇਗਾ, ਇਸ ਸਿਰ ਨੂੰ ਵੀ ਮਿੱਟੀ ਨੇ ਖਾ ਜਾਣਾ ਹੈ। ਕਹਿਣ ਤੋਂ ਭਾਵ ਸਲੋਕ ਦੇ ਵਿੱਚ ਜਿਹੜਾ ਸੰਕੇਤ ਹੈ ਉਹ ਮੌਤ ਦਾ ਹੈ, ਵੀ ਤੂੰ ਵੀ ਇੱਕ ਦਿਨ ਮਰਨਾ ਹੈ। ਕਿਉਂ ਨਾ ਚੰਗਾ ਹੋਏ ਤੂੰ ਵੀ ਸ਼ਮਸ਼ਾਨ ਤੱਕ ਪਹੁੰਚੇ, ਪਰ ਤੇਰਾ ਮਨ ਪਹਿਲਾਂ ਭਗਵਾਨ ਤੱਕ ਪਹੁੰਚ ਜਾਏ। ਸਤਿਗੁਰ ਕਿਰਪਾ ਕਰਨ। ਇੱਥੇ ਹੀ ਵਿਚਾਰਾਂ ਦੀ ਸਮਾਪਤੀ ਹੈ। ਜਿਤਨੀ ਕੁ ਵਿਚਾਰ ਹੋਈ ਹੈ ਮੇਰੇ ਹਿਰਦੇ ਵਿੱਚ, ਆਪ ਤੁਹਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ, ਕਿਉਂਕਿ ਗੁਰੂ ਦਾ ਸੰਦੇਸ਼ ਹੈ, ਗੁਰੂ ਦਾ ਉਪਦੇਸ਼ ਹੈ। ਸਤਿਗੁਰ ਕਿਰਪਾ ਕਰਨ। ਭੁੱਲ ਚੁੱਕ ਦੀ ਖਿਮਾ ਜੀ, ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਕਰੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾ